बेसो
समर्पयंत स्वामी तेरो अंत नख नहीं लहिय रहाओ कोट पराद हमारे खंड हो अनुक विदेश समझाओ हम अज्ञान अल्प मत थोरे तुम आपन वेद खाओ तुम्हारी शरण तुम्हारी आशा तुम्ही सजन सुहेले रखो रखन हार दयाला नानक करके गोले रखो रखन हार दयाला नानक करके गोले ਸਮੇਂ ਨੂੰ ਅਤੇ ਸਵਰਸਾਂ ਨੂੰ ਦੇਖੇ ਵਿੱਚ ਰੋਣਾ ਹੈ
सारी संगत का प्रिय रसना पुत्र करो गद गद के फतेह बुलाओ जी वाहे गुरु जी का खालसा वाहे गुरु जी की फतेह गुरु रूप गुरु खालसा सा संगी जलमाना नगर की संगत न बहुत समा हो गया कुछ तेती चौंती साल ये दुआन चल रहे हैं लगातार ऐतकी पांच दुआन मिले हैं आज दूसरा दुआन सच्चे पातशाह की कृपा सबका प्रारंभ है कल आपने विचार शुरू कीती सी कि गुरु बाबा धन गुरु नानक देव जी महाराज ने जां काल पुरख ने अपना नाम नानक रखा के संसार ते प्रगट होए भावें काल पुरख का कोई नाम नहीं है नाम ओदा हुंदा जिहड़ा रूप होवे ते आकार होवे पहला इत्थे आहार नहीं सी बनिया होया खाली जगह सी उदो इहदा कोई नाम नहीं सी जदों आकार बन गया रूप बन गया फिर इहदा नाम रखिया गया दवान हार ਇਸੇ ਤਰ੍ਹਾਂ ਜਿੰਨਾ ਚਿਰ ਕੋਈ ਕਾਰ ਹੀ ਨਹੀਂ ਹੈ ਉਹਦਾ ਕੋਈ ਰੂਪ ਨਹੀਂ ਹੈ ਉਹਦਾ ਨਾਮ ਨਹੀਂ ਹੋ ਸਕਦਾ ਆਕਾਰ ਪੁਰਖ ਦਾ ਕੋਈ ਰੂਪ ਨਹੀਂ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭੇਲਾ ਤਿਸੈ ਬਜਾਏ ਨਾਨਕਾ ਜੀ ਸਹੋਵੈ ਸੋ ਪ੍ਰਸੰਨ ਰੂਪ ਰੰਗ ਚੇਨ ਚੱਕਰ ਜਾਤ ਪਾਤ ਤੋਂ ਨਿਆਰਾ ਉਹਦੀ ਕੋਈ ਜਾਤ ਨਹੀਂ ਹੈ ਉਹਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਜਦੋਂ ਉਹਦਾ ਆਕਾਰ ਹੀ ਕੋਈ ਨਹੀਂ ਫਿਰ ਉਹਦਾ ਨਾਮ ਕਿਵੇਂ ਹੋ ਸਕਦਾ ਇਹ ਜਿੰਨੇ ਵੀ ਨਾਮ ਰੱਖੇ ਨੇ ਇਹਨਾਂ ਨੂੰ ਕਿਰਤਮ ਨਾਮ ਆਖਿਆ ਬਾਣੀ ਚ ਕਿਰਤਮ ਨਾਮ ਜਪੇ ਤੇਰੇ ਜੀਵਾ ਸਤ ਨਾਮ ਤੇਰਾ ਪਰਾ ਪੂਰਬਲਾ ਇਹ ਰੱਖੇ ਹੋਏ ਨੇ ਕਿਰਤਮ ਨਾਮ ਕਿਸੇ ਨੇ ਕੋਈ ਰੱਖ ਲਿਆ ਕਿਸੇ ਨੇ ਕੋਈ ਰੱਖ ਲਿਆ ਹੁਣ ਪਰਮਾਤਮਾ ਇੱਕ ਹੈ ਉਹਦੇ ਨਾਮ ਕਿੰਨੇ ਕੁ ਨੇ ਉਹਦੇ ਨਾਮਾਂ ਦਾ ਅੰਤ ਹੀ ਨਹੀਂ ਹੈ ਇੰਨੇ ਕੁ ਨਾਮ ਰੱਖੇ ਹੋਏ ਨੇ ਆਪੋ ਆਪਣੇ ਮਤਾਂ ਦੇ ਮੁਤਾਬਕ ਪਰ ਉਹ ਕਿਸੇ ਨਾਮ ਤੇ ਵੀ ਨਰਾਜ਼ ਨਹੀਂ ਹੁੰਦਾ ਵੀ ਅਸਲੀ ਨਾਮ ਤੇ ਮੇਰਾ ਹੈ ਨਹੀਂ ਹੈ ਤੇ ਗਲਤ ਨਾਮ ਕਿਉਂ ਲਈ ਜਾਂਦੇ ਹੋ ਮੇਰਾ ਹੁਣ ਆਪਣਾ ਇੱਕ ਨਾਮ ਹੀ ਨਾ ਆਪਾਂ ਕਹਿੰਦੇ ਅਸਲੀ ਨਾਮ ਤੇ ਮੇਰਾ ਇਹ ਹੈ ਬਾਕੀ ਕਈ ਵਾਰੀ ਪਿੰਡ ਵਾਲੇ ਰੱਖ ਲੈਂਦੇ ਨੇ ਕਈ ਵਾਰੀ ਮਾਂ ਪਿਓ ਵੀ ਰੱਖ ਦਿੰਦੇ ਨੇ ਜਾਂ ਫਿਰ ਇਹ ਸਥਾਨਾਂ ਤੇ ਵੀ ਰੱਖਦੇ ਯੂਪੀ ਵਾਲਾ ਹੈ ਇਹ ਪਟਿਆਲੇ ਵਾਲਾ ਹੈ ਗੁਰਦਾਸਪੁਰੀ ਹੈ ਇਹ ਕਾਸਲੇ ਮਹਾਂਪੁਰਸ਼ਾਂ ਦਾ ਸਾਡੇ ਉੱਥੇ ਅਸਲੀ ਨਾਂ ਘੱਟੀ ਜਾਂਦੇ ਯੂਪੀ ਵਾਲਾ ਕਿੱਧਰ ਗਿਆ ਗੁਰਦਾਸਪੁਰੀ ਹੈ ਕਿੱਥੇ ਹੈ ਜਲੰਧਰ ਉਹ ਇਹੋ ਜਿਹੇ ਨਾਂ ਰੱਖੇ ਹੁੰਦੇ ਆ ਜਾਂ ਜਿਹੋ ਜਿਹੇ ਕੰਮ ਕਰਦਾ ਉਹੋ ਜਿਹਾ ਨਾਂ ਰੱਖ ਦਿੰਦੇ ਜਾਂ ਮਾਂ ਪਿਓ ਇੱਕ ਆਧਾਰ ਨਾਲ ਨਾਂ ਰੱਖਦੇ ਨੇ ਕਸਮੀ ਹੁੰਦਾ ਪਰਮਾਤਮਾ ਦੇ ਕਿੰਨੇ ਕੁ ਨਾਮ ਨੇ
ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗਸਈਆ, ਕੋਈ ਅਲਾਏ, ਕੋਈ ਕੋਈ ਨਾਂ ਲੈ ਕੇ ਸਾਦਾ, ਕੋਈ ਕੋਈ ਨਾਂ ਲੈ ਕੇ ਸਾਦਾ। ਪਰ ਸਾਧ ਸਿੰਘ ਜੀ ਉਹ ਸਾਰੇ ਨਾਮਾਂ ਤੋਂ ਭਰਿਆ ਹੈ ਤੇ ਸਾਰੇ ਨਾਮਾਂ ਤੇ ਖੁਸ਼ ਹੋ ਜਾਂਦਾ ਹੈ। ਇਸੇ ਕਰਕੇ ਮਹਾਰਾਜ ਨੇ ਬਾਣੀ ਚ ਆਖਿਆ, ਹਉਂ ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਉਹਦੇ ਨਾਮ ਰੱਖੇ ਨੇ ਗੁਰੂ ਮਹਾਰਾਜ ਕਹਿੰਦੇ ਮੈਂ ਉਹ ਤੋਂ ਬਲਿਹਾਰੇ ਜਾਂਦਾ। ਪਰ ਇਹ ਅਕਾਲ ਪੁਰਖ ਨੇ ਆਪਣਾ ਨਾਮ ਨਾਨਕ ਆਪ ਰੱਖਿਆ। ਜਦੋਂ ਧਰਤੀ ਤੇ ਪਾਪ ਵੱਧ ਗਏ, ਧਰਤੀ ਪਾਪਾਂ ਕਰਕੇ ਕਾਲੀ ਹੋ ਗਈ, ਕੱਲ ਵੱਲ ਹੋਈ ਵੇਦਨੀ, ਅਰਦਾਸ ਕਰੇ ਬਿਲ ਲਾਏ, ਵੇਦਨੀ ਧਰਤੀ ਬਿਲਕ ਕੇ ਤਰਲਾ ਲੈ ਕੇ ਅਰਦਾਸ ਕਰਦੀ ਹੈ ਕਿ ਪਾਪਾਂ ਕਰਕੇ ਧਰਤੀ ਕਾਲੀ ਹੋ ਚੁੱਕੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਾਲ ਪੁਰਖ ਨੇ ਬੜੇ ਧਿਆਨ ਨਾਲ ਸੁਣੀ ਉਹਦੀ ਬੇਨਤੀ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਪਾਏ, ਫਿਰ ਉਹਨੂੰ ਧੀਰਜ ਦਿੱਤੀ। ਇੱਥੋਂ ਬੜੇ ਗਏ ਨੇ ਦੱਤਾਤਰੇ, ਰਾਮਾਨੰਦ, ਗੁਰਖ ਵਰਗੇ, ਮੁਹੰਮਦ ਸਾਹਿਬ ਵਰਗੇ ਪੈਗੰਬਰ, ਬੜੇ ਅਵਤਾਰ ਭੇਜੇ। ਜਿਹੜਾ ਆਇਆ ਉਹਨੇ ਆਪਣੇ ਇੱਥੇ ਆ ਕੇ ਮੱਤ ਚਲਾਇਆ। ਕਾਲਪੁਰ ਕਹਿੰਦਾ ਹੁਣ ਅਸੀਂ ਆਪ ਆਵਾਂਗੇ ਮਾਤ ਲੋਕ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅਕਾਲ ਸਾਰੀਆਂ ਸ਼ਕਤੀਆਂ ਦਾ ਮਾਲਕ, ਆਪਣੀ ਤਿਆਰੀ ਕਰ ਲਈ ਮਾਤ ਲੋਕ ਤੇ ਆਉਣ ਦੀ। ਪ੍ਰਿਥਵੀ ਦੇ ਨਾਲ 33 ਕਰੋੜ ਦੇਵਤਾ ਸੀ, ਇਹ ਵੀ ਗਿਆ ਹੋਇਆ ਸੀ ਨਾਲ ਬੇਨਤੀ ਕਰਨ। ਬ੍ਰਹਮਾ ਜੀ ਕਹਿੰਦੇ ਆ ਪਰਮ ਪਿਤਾ ਅਕਾਲ ਪੁਰਖ, ਤੁਹਾਡਾ ਨਾਮ ਕੀ ਹੋਏਗਾ ਮਾਤ ਲੋਕ ਤੇ? ਕਾਲਪੁਰ ਕਹਿੰਦਾ ਮਾਤ ਲੋਕ ਤੇ ਮੇਰਾ ਨਾਮ ਨਾਨਕ ਹੋਏਗਾ। ਕਾਲਪੁਰਖ ਨੇ ਆਪਣਾ ਨਾਮ ਨਾਨਕ ਆਪ ਰੱਖਿਆ। ਬਾਕੀ ਵਿਦਵਾਨਾਂ ਦੀਆਂ ਆਪਣੀਆਂ ਆਪਣੀਆਂ ਵਿਚਾਰਾਂ ਨੇ, ਗ੍ਰੰਥਾਂ ਵਿੱਚ ਲਿਖੇ ਹੋਏ ਨੇ ਬਚਨ ਕਿ ਭੈ ਨਾਨਕੀ ਨੇ ਰੱਖਿਆ ਨਾਮ ਨਾਨਕ, ਹਰਦਿਆਲ ਪਾਧੇ ਨੇ ਜਨਮ ਪੱਤਰੀ ਬਣਾਈ ਨਾਮ ਨਾਨਕ ਰੱਖਿਆ। ਇਹ ਵੀ ਚੰਗੀਆਂ ਗੱਲਾਂ ਨੇ ਸਾਰੀਆਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਧਰਤੀ ਤੇ ਨਾਨਕ ਬਣੇ ਹੋਏ ਸੀ ਕਈ। ਅਜੇ ਮਹਾਰਾਜ ਪ੍ਰਗਟ ਨਹੀਂ ਸੀ ਹੋਏ ਤੇ ਧਰਤੀ ਤੇ ਕਈ ਨਾਨਕ ਬਣ ਗਏ ਸੀ। ਬ੍ਰਹਮਾ ਨੇ ਵੇਦ ਵਿਆਸ ਨੂੰ ਦੱਸਿਆ ਕਿ ਕਲਯੁਗ ਦੇ ਵਿੱਚ ਅਕਾਲ ਪੁਰਖ ਨੇ ਆਪਣਾ ਨਾਮ ਨਾਨਕ ਰਖਾ ਕੇ ਸੰਸਾਰ ਤੇ ਆਉਣਾ ਹੈ। ਤੇ ਵੇਦ ਵਿਆਸ ਨੇ ਭਵਿੱਖਤ ਪੁਰਾਣ ਦੇ ਵਿੱਚ ਲਿਖ ਦਿੱਤਾ, ਅੱਜ ਵੀ ਲਿਖਿਆ ਹੋਇਆ, 10 ਗੁਰੂ ਮਹਾਰਾਜ ਦੇ ਨਾਂ ਲਿਖੇ ਨੇ ਭਵਿੱਖਤ ਪੁਰਾਣ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਲਿਖਿਆ ਹੋਇਆ ਵੀ ਜਿਹੜੇ ਜੀਵ ਕਲਯੁਗ ਦੇ ਜੀਵਾਂ ਦਾ ਭਲਾ ਕਰਨਗੇ। ਜਿਨ੍ਹਾਂ ਨੇ ਉਹ ਭਵਿੱਖਤ ਪੁਰਾਣ ਪੜ੍ਹਿਆ ਉਹ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਧਰਤੀ ਤੇ ਨਾਨਕ ਬਣ ਗਏ, ਆਪਣਾ ਨਾਮ ਨਾਨਕ ਰਖਾ ਕੇ ਲੋਕਾਂ ਨੂੰ ਕਹਿ ਰਹੇ ਸੀ ਜਿਹੜਾ ਅਕਾਲ ਪੁਰਖ ਨੇ ਨਾਮ ਨਾਨਕ ਨਾਨਕ
ਇਸ ਸੰਸਾਰ ਚ ਆਉਣਾ ਅਸੀਂ ਆ ਗਏ ਹਾਂ ਇਹ ਤਾਂ ਬੇਨਤੀ ਕੀਤੀ ਹੈ ਕਿ ਗੁਰੂ ਬੜੇ ਆਉਣਗੇ ਬੜੇ ਗੁਰੂ ਆਏ ਹੋਏ ਨੇ ਤੇ ਬੜਿਆਂ ਨੇ ਅਜੇ ਆਉਣਾ ਘਰ ਘਰ ਹੋਏ ਬਹਿਣਗੇ ਰਾਮਾ ਘਰ ਘਰ ਵਿੱਚ ਗੁਰੂ ਬਣ ਕੇ ਬਹਿ ਜਾਣਗੇ ਘਰ ਘਰ ਚ ਗੁਰੂ ਹੋਵੇਗਾ ਤੇ ਆਪਾਂ ਸੋਚਦੇ ਹਾਂ ਵੀ ਇਸ ਤਰ੍ਹਾਂ ਵੀ ਹੋਊਗਾ ਸਤਿਗੁਰੂ ਵਿੱਚ ਮਹਾਰਾਜ ਬਾਣੀ ਚ ਕਹਿੰਦੇ ਨੇ ਕਿ ਸੇਵਕ ਤਾਂ ਹੁਣ ਵੀ ਕੋਈ ਕਰੋੜਾਂ ਚ ਕੋਈ ਹੈ ਕੋਈ ਵਿਰਲਾ ਸੇਵਕ ਹੈ ਕੋਟ ਮਦੇ ਕੋਈ ਵਿਰਲਾ ਸੇਵਕ ਔਰ ਸਗਲੇ ਵਿਵਹਾਰੀ ਆਪਾਂ ਤਾਂ ਗੁਰੂ ਦੇ ਵਿਹਾਰੀ ਸੇਵਕ ਹਾਂ ਮਹਾਰਾਜ ਆਹ ਕੰਮ ਕਰ ਦਿਓ ਮਹਾਰਾਜ ਆਹ ਕੰਮ ਕਰ ਦਿਓ ਜੇ ਮਹਾਰਾਜ ਨੇ ਨਾ ਕਰਿਆ ਫਿਰ ਆਪਾਂ ਕਿਤੇ ਹੋਰ ਵੀ ਕਰਾ ਦਿੰਦੇ ਹਾਂ ਇਹ ਥੋੜ੍ਹਾ ਬਹੁਤ ਅਸੀਂ ਮਹਾਰਾਜ ਕੋਲ ਆਉਂਦੇ ਹਾਂ ਵੀ ਜਦ ਨਹੀਂ ਹੋਇਆ ਇਹ ਵੀ ਮਾਲ ਦਾ ਹੁਕਮ ਹੀ ਹੈ ਲਓ ਜੀ ਮੈਂ ਤਾਂ ਸੇਵਾ ਬੜੀ ਕਰਦਾ ਸੀ ਮੈਂ ਤਾਂ ਬਾਣੀ ਵੀ ਬੜੀ ਪੜ੍ਹਦਾ ਕਿਸਾਨ ਕਰਦਾ ਬਾਣੀ ਪੜ੍ਹਦਾ ਗੁਰੂ ਦੇ ਸੇਵਾ ਤੂੰ ਕਰਦਾ ਆਪਣੇ ਭਲੇ ਵਾਸਤੇ ਕਰਦਾ ਗੁਰੂ ਨੂੰ ਵੀ ਦਿਖਾ ਰਿਹਾ ਸਾਧ ਸਿੰਘ ਜੀ ਅਸੀਂ ਗੁਰੂ ਦੇ ਵਿਹਾਰੀ ਸੇਵਕ ਹਾਂ ਜੇ ਤਾਂ ਕੰਮ ਕਰਦਾ ਰਹੇ ਅਸੀਂ ਫਿਰ ਗੁਰੂ ਦੇ ਸੇਵਕ ਹਾਂ ਜੇ ਕਿਤੇ ਕੰਮ ਨਾ ਕਰੇ ਫਿਰ ਅਸੀਂ ਹੋਰ ਕਿਤੇ ਤੁਰ ਜਾਂਦੇ ਹਾਂ ਕੰਮ ਕਰੋ ਸਾਡਾ ਕੋਈ ਇੱਕ ਥਾਂ ਨਹੀਂ ਹੈ ਅਸੀਂ ਇੱਕ ਥਾਂ ਹੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਿੱਥੇ ਕੋਈ ਸਾਡਾ ਕੰਮ ਕਰ ਦੇਵੇ ਅਸੀਂ ਉੱਥੇ ਵੀ ਚਲੇ ਜਾਂਦੇ ਹਾਂ ਕੋਈ ਫੂਕਾਂ ਵਾਲਿਆਂ ਕੋਲ ਚਲਿਆ ਜਾਂਦਾ ਹੈ ਕੋਈ ਭੂਤਾਂ ਵਾਲਿਆਂ ਕੋਲ ਚਲਿਆ ਜਾਂਦਾ ਹੈ ਕੋਈ ਧਾਗੇ ਵਾਲਿਆਂ ਕੋਲ ਕੋਈ ਤਵੀਤਾਂ ਵਾਲਿਆਂ ਕੋਲ ਜਿੱਥੇ ਦੇਖੋ ਇਹੀ ਬੈਠੇ ਹੁੰਦੇ ਨੇ ਅੱਗੇ ਜਾਂਦੇ ਹਨ ਸਾਧ ਜੀ ਜਿਹੜਾ ਸੇਵਕ ਹੈ ਉਹਦਾ ਇੱਕੋ ਹੀ ਥਾਂ ਹੁੰਦਾ ਬਸ ਉਹ ਤਾਂ ਕਹਿੰਦਾ ਮਹਾਰਾਜ ਜੇ ਰਾਜ ਕਰਾਏਗਾ ਤਾਂ ਤੇਰੀ ਵਡਿਆਈ ਹੈ ਜੇ ਭੀਖ ਮੰਗਲ ਲਾ ਦੇਗਾ ਤਾਂ ਤੇਰੇ ਨਾਮ ਨੂੰ ਲੱਗੇਗੀ ਲਾਜ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਰਾਜ ਕਰਾਏਗਾ ਤਾਂ ਵੀ ਤੇਰੀ ਵਡਿਆਈ ਹੈ ਤੇ ਜੇ ਮੰਗਲ ਲਾ ਦੇਗਾ ਨਾ ਮੈਨੂੰ ਕੋਈ ਫਰਕ ਨਹੀਂ ਲੋਕੀ ਤੇਰੇ ਨਾਮ ਨੂੰ ਹੀ ਕਹਿਣਗੇ ਵੀ ਗੁਰੂ ਦਾ ਸਿੱਖ ਵੈਸੇ ਸਿੱਖ ਮੰਗਦਾ ਨਹੀਂ ਹੁੰਦਾ ਦੁਨੀਆਂ ਵਿੱਚ ਪਤਾ ਕਿ ਸਿੱਖ ਭੀਖ ਨਹੀਂ ਮੰਗਦਾ ਹੈ ਉਹ ਲਹਿਦਾ ਗੱਲ ਹੈ ਕਿ ਉਹ ਸਾਡੇ ਕੱਪੜੇ ਪਾ ਕੇ ਮੰਗਦਾ ਫਿਰਦਾ ਹੋਵੇ ਸਿੱਖ ਨਹੀਂ ਭੀਖ ਮੰਗਦਾ ਇਹ ਦੁਨੀਆਂ ਦੇ ਲੋਕ ਕਹਿੰਦੇ ਨੇ ਆਪਾਂ ਤਾਂ ਨਹੀਂ ਕਹਿੰਦੇ ਉਹ ਕਹਿੰਦੇ ਸਰਦਾਰ ਕਦੇ ਭੀਖ ਨਹੀਂ ਮੰਗਦਾ ਇਹ ਦਾਤਾ ਹੈ ਦਾਤਾ ਦਿੰਦਾ ਹੈ ਆ ਜਿਹੜੇ ਮਹਾਂਪੁਰਸ਼ ਘਰ ਘਰ ਜਾ ਕੇ ਸੇਵਾ ਲੈ ਕੇ ਆਉਂਦੇ ਨੇ ਇਹ ਮੰਗਣ ਨਹੀਂ ਜਾਂਦੇ ਸੇਵਾ ਲੈਣ ਜਾਂਦੇ ਇਹਨਾਂ ਦੀ ਗੱਡੀ ਤੇ ਲਿਖਿਆ ਹੁੰਦਾ ਕਾਰ ਸੇਵਾ ਇਹਨਾਂ ਦੀ ਹੋਰ ਕੋਈ ਕਾਰ ਨਹੀਂ ਹੈ ਤੁਸੀਂ ਕਿਸੇ ਨੇ ਅੱਧੀ ਬੋਰੀ ਦਿੱਤੀ ਕਿਸੇ ਨੇ ਸਾਰੀ ਬੋਰੀ ਦਿੱਤੀ ਤੁਹਾਡਾ ਕੱਲਾ ਕੱਲਾ ਦਾਣ ਲੱਗਿਆ ਦਿਸ ਰਿਹਾ ਵੀ ਇੱਥੇ ਸੇਵਾ ਦਿੱਤੀ ਸੀ ਇੱਥੇ ਸੇਵਾ ਲੱਗੀ ਹੋਈ ਹੈ ਆਪਣੇ ਸਰੀਰ ਵਾਸਤੇ ਮੰਗਣਾ ਕਟੰਬ ਵਾਸਤੇ ਮੰਗਣਾ ਆਪਣੇ ਸੁੱਖਾਂ ਵਾਸਤੇ ਮੰਗਣਾ ਇਹ ਹੁਕਮ ਨਹੀਂ ਹੈ ਹਾਂ ਗੁਰੂ ਘਰ ਦੀ ਸੰਗਤ ਵਾਸਤੇ ਪਰਉਪਕਾਰ ਵਾਸਤੇ ਆ ਦੀਵਾਨਾਂ ਵਾਸਤੇ ਵੀ ਸਿੰਘ ਗਏ ਹੋਣਗੇ ਘਰਾਂ 'ਚ ਜ਼ਰੂਰ ਭਾਵੇਂ ਸੰਗਤ ਨੂੰ ਪਤਾ ਹੈ ਜਿੰਨੇ ਇਸ ਨਗਰ ਦੇ ਬਾਹਰਲੇ ਦੇਸ਼ਾਂ 'ਚ ਗਏ ਹੈ ਨਾ ਉਹਨਾਂ ਨੂੰ ਯਾਦ ਹੁੰਦੇ ਵੀ ਆਪਣੇ ਦੀਵਾਨ ਆਉਣ ਵਾਲੇ ਇੱਥੇ ਸੇਵਾ ਕਰਦੇ ਹੁੰਦੇ ਸੀ ਨਾ ਪਹਿਲਾਂ ਉਹਨਾਂ ਦਾ ਖਿਆਲ ਇੱਧਰ ਹੀ ਆ ਤਾਂ ਹੀ ਲਾਈਵ ਚੱਲ ਰਿਹਾ ਉਹਨਾਂ ਦਾ ਇੱਛਾ ਕਿ ਅਸੀਂ ਉੱਥੇ ਬੈਠੇ ਵੀ
ਗੁਰੂ ਨਾਲ ਜੁੜੇ ਰਹੀਏ। ਬਹੁਤ ਸੇਵਾ ਕਰਦੇ ਨੇ ਬਾਹਰ ਦੇਸ਼ਾਂ ਵਿੱਚ। ਇਸ ਨਗਰ ਦੀਆਂ ਤਿੰਨ ਬੀਬੀਆਂ ਹੈ, ਜਿੱਥੇ ਅਸੀਂ ਜਾਂਦੇ ਹਾਂ ਕਨੇਡਾ ਤਾਂ ਪਵਨ ਹੈ, ਭਾਈ ਲਖਵਿੰਦਰ ਸਿੰਘ ਦੀ ਲੜਕੀ, ਆਸਟ੍ਰੇਲੀਆ ਵਿੱਚ ਰਜਿੰਦਰ ਹੈ, ਰਜਿੰਦਰ ਕੌਰ ਹੈ, ਉਹ ਭਾਈ ਤਰਸੇਮ ਸਿੰਘ ਦੀ ਭੈਣ, ਤੇ ਹਰਵਿੰਦਰ ਕੌਰ ਭਾਈ ਸੰਤੋਖ ਸਿੰਘ ਦੀ ਬੇਟੀ, ਇਹ ਨਿਊਜ਼ੀਲੈਂਡ ਹੁੰਦੀ ਹੈ। ਭਾਵੇਂ ਅਸੀਂ ਉੱਥੇ ਜਿੱਦਾਂ ਚ ਰਹਿਣਾ ਹੋਵੇ ਇਹਨਾਂ ਕੋਲ ਰਹਿੰਦੇ ਹਾਂ, ਕਿਸੇ ਪੱਖ ਤੋਂ ਧੀਆਂ ਪਿੱਛੇ ਨਹੀਂ ਹਨ ਸਤਸੰਗ ਦੀ, ਇੱਕ ਰਵਾਇਤ ਦੀ ਬਣ ਗਈ ਹੈ, ਪੁੱਤਰ ਦਵੇ ਰੱਬ ਸਾਨੂੰ। ਚਲੋ ਪੁੱਤਰ ਵੀ ਹੋਣ, ਪਰ ਪੁੱਤਰ ਕਿੰਨੀ ਕੁ ਆਪਣੀ ਆਗਿਆ 'ਚ ਚੱਲਦੇ ਨੇ, ਕਿੰਨੀ ਕੁ ਸੇਵਾ ਕਰਦੇ ਨੇ। ਇਸ ਕਰਕੇ ਇਹ ਮੰਗਣਾ ਹੁੰਦਾ ਜਿਹੜਾ ਆਪਣੇ ਸਰੀਰ ਵਾਸਤੇ, ਪਰਿਵਾਰ ਵਾਸਤੇ, ਕੁਟੰਬ ਵਾਸਤੇ, ਆਪਣੇ ਸੁੱਖਾਂ ਵਾਸਤੇ, ਪਰ ਇਹ ਜਿਹੜੀ ਸੇਵਾ ਕਰਦੇ ਨੇ ਮਹਾਂਪੁਰਸ਼ੇ, ਪਰ ਪਰਿਵਾਰ ਵਾਸਤੇ ਕਰਦੇ। ਤੇ ਸੱਚੇ ਪਾਤਸ਼ਾਹ ਦਾ ਹੁਕਮ ਹੈ, ਦਾਨ ਦਿਓ ਇੰਨੀ ਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ। ਜਿੱਥੇ ਤੁਹਾਡੀ ਦਿੱਤੀ ਸੇਵਾ, ਦਾਨ ਦਿੱਤਾ, ਲੰਗਰ 'ਤੇ ਲੱਗੇ, ਗੁਰੂ ਕੇ ਮੰਦਰਾਂ 'ਤੇ ਲੱਗੇ, ਪਰ ਪਕਾਰ 'ਤੇ ਲੱਗੇ, ਉਹ ਤੁਹਾਡਾ ਦਿੱਤਾ ਸਫਲਾ। ਪਰ ਸਤਸੰਗ ਜੀ, ਜੇ ਜਿਹੜਾ ਸੇਵਕ ਹੈ ਉਹਨੂੰ ਕੋਈ ਖੇਦ ਨਹੀਂ ਹੈ, ਦੁੱਖ ਆ ਜਾਵੇ, ਸੁੱਖ ਆ ਜਾਵੇ, ਮੈਂ ਤਾਂ ਗੁਰੂ ਦਾ ਸਿੱਖ ਹਾਂ, ਗੁਰੂ ਜਾਣੇ। ਪਰ ਥੋੜ੍ਹੇ ਨੇ ਸੇਵਕ ਇਹੋ ਜਿਹੇ ਜਿਹੜੇ ਦੁੱਖ ਵਿੱਚ ਵੀ ਗੁਰੂ ਅੱਗੇ ਅਰਦਾਸ ਕਰਦੇ ਨੇ ਅਤੇ ਸੁੱਖ ਵਿੱਚ ਵੀ। ਬਾਕੀ ਜ਼ਿਆਦਾ ਇਹਦੇ ਵਿੱਚ ਨਹੀਂ ਗੁਰੂ ਨੇ ਕੰਮ ਕਰਿਆ, ਕਿਤੇ ਹੋਰ ਜਾ ਕੇ ਅਰਦਾਸ ਕਰ ਲੈਂਦੇ। ਬੜੇ ਥਾਂ ਬਣਾਏ ਨੇ ਆਪਾਂ, ਕਦੇ ਹੰਨੇ ਦੀ, ਕਦੇ ਬੰਨੇ ਦੀ, ਕਦੇ ਪਰਬਤ ਵਾਲੀ ਹੰਨੇ ਦੀ, ਢੋਲ ਟਮੱਕਾ ਸਰਵਰ ਦਾ ਵਿੱਚ ਖਿਜਮਤ ਬਾਬੇ ਨਾਨਕ ਦੀ। ਪਰ ਸਾਨੂੰ ਇੱਕੋ ਹੀ ਹੁਕਮ ਹੈ ਕਿ ਜੀਤੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ, ਬਸ ਇੱਕੋ ਹੀ ਹੁਕਮ ਹੈ। ਜੇ ਤੇਰੇ ਮਨ 'ਚ ਬਿਰਥ ਹੈ ਨਾ, ਤੇਰੇ ਮਨ 'ਚ ਇੱਛਾ ਹੈ, ਤਾਂ ਫਿਰ ਗੁਰੂ ਅੱਗੇ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਕਰ। ਬਾਕੀ ਸਿਆਣਪਾਂ ਛੱਡਦੇ ਚਲਾਕੀਆਂ ਜੀਆਂ, ਐਤਵਾਰ ਕਿਤੇ, ਮੰਗਲਵਾਰ ਕਿਤੇ, ਬੁੱਧਵਾਰ ਕਿਤੇ, ਸ਼ਨੀਵਾਰ ਕਿਤੇ, ਕੋਈ ਦਿਨ ਨਹੀਂ, ਆਪਾਂ ਸਾਰੇ ਵੰਡੇ ਹੋਏ ਨੇ। ਸੰਗਰਾਂਦ ਵਾਲੇ ਦਿਨ ਮਹਾਰਾਜ ਕੋਲ ਵੀ ਆਉਣਾ ਜ਼ਰੂਰੀ। ਜਿਹੜਾ ਦਰ ਦਰ 'ਤੇ ਫਿਰਨ ਲੱਗ ਜਾਏ, ਉਹ ਦਰ ਦਰ 'ਤੇ ਫਿਰਨ ਜੋਗਾ ਹੀ ਰਹਿ ਜਾਂਦਾ। ਸਤਸੰਗ ਏਕ ਆਸ ਰੱਖੋ ਮਨ ਮਾਹੇ, ਸਰਵ ਰੋਗ ਨਾਨਕ ਮਿਟ ਜਾਏ। ਬਸ ਇੱਕੋ ਹੀ ਆਸ ਗੁਰੂ ਦੀ, ਪਰਮੇਸ਼ਰ ਦੀ ਰੱਖਣੀ ਹੈ। ਸਤਸੰਗ ਜੀ, ਹੁਣ ਵੀ ਗੁਰੂ ਜ਼ਿਆਦੇ ਨੇ ਤੇ ਸੇਵਕ ਥੋੜ੍ਹੇ। ਸੇਵਕ ਉਹ ਹੁੰਦਾ ਬੀਸ ਬਿਸਵੇ ਗੁਰ ਕਾ ਮਨ ਮਾਨਾ, ਸੋ ਸੇਵਕ ਪਰਮੇਸ਼ਰ ਕੀ ਗਤ ਜਾਂਦਾ। ਬੀਸ ਬਿਸਵੇ, ਭਾਵੇਂ 100% ਕਹਿ ਲਓ, ਭਾਵੇਂ 16 ਆਨੇ ਕਹੋ, ਭਾਵੇਂ 20 ਵਿਸਵੇ ਕਹੋ, ਜਿਹੜਾ 100% ਗੁਰੂ ਦਾ ਹੁਕਮ ਆਉਂਦਾ ਉਹ ਸੇਵਕ ਪਰਮੇਸ਼ਰ ਦੀ ਗਤ ਜਾਣ ਸਕਦਾ। ਸਾਡੇ ਜਿਹੜਾ ਫਾਇਦੇ ਵਾਲਾ ਹੁਕਮ ਆ ਜਾਏ ਉਹ ਤਾਂ ਆਪਾਂ ਮੰਨ ਲੈਂਦੇ ਹਾਂ, ਅਤੇ ਜੇ ਕਿਤੇ ਫਾਇਦਾ ਨਾ ਹੁੰਦਾ ਹੋਵੇ ਫਿਰ ਆਪਾਂ ਕਹਿੰਦੇ ਹਾਂ ਹੁਕਮਨਾਮਾ ਸਾਹਿਬ ਠੀਕ ਨਹੀਂ ਆਇਆ, ਕਿਤੇ ਆਪਾਂ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਈਏ, ਕਿਤੇ ਮਹਾਰਾਜ ਕਹਿ ਦੇਣ ਕਹਿ ਨਹੀਂ ਕਰਕੇ ਨੀਮ ਕਦਾਈ ਉੱਪਰ ਵੰਡ ਪਛਾਏ, ਨਾਂਗੇ ਆਪਣ ਨਾਂਗੇ ਜਾਣਾ ਕੋਈ ਨਾ ਰਹੇ ਰਾਜਾ ਰਾਣਾ। ਪਰ ਆਪਾਂ ਜਦੀ ਹੁਕਮਨਾਮਾ ਸਾਹਿਬ ਭੈੜਾ ਹੋ ਗਿਆ, ਹੁਕਮਨਾਮਾ
ਸਾਹਿਬ ਕਦੇ ਕੌੜਾ ਨਹੀਂ ਕੈੜਾ ਨਹੀਂ ਆਉਂਦਾ। ਸਤਿ ਸ੍ਰੀ ਜੀ, ਆਪਾਂ ਅਜੇ ਸੁਣਿਆ ਨਹੀਂ ਸਾਰਾ ਹੁਕਮਨਾਮਾ ਸਾਹਿਬ, ਇੱਕ ਪੰਕਤੀ ਸੁਣ ਕੇ ਕੈੜਾ ਗਿਆ ਤਾਂ ਕੈੜਾ ਆ ਗਿਆ। ਗੁਰੂ ਤਾਂ ਸਦਾ ਹੀ ਮਿੱਠ ਬੋਲਣਾ ਹੈ, ਮਿੱਠ ਬੋਲੜਾ ਦੀਹਾ ਸੱਜਣ ਸਵਾਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਤਾਂ ਬੋਲਦਾ ਹੀ ਨਹੀਂ ਕੌੜਾ ਕਦੇ, ਜਿਹੜਾ ਤਾਂ ਫਾਇਦੇ ਵਾਲਾ ਹੁਕਮ ਹੈ ਉਹ ਤਾਂ ਆਪਾਂ ਮੰਨਣ ਨੂੰ ਤਿਆਰ ਹਾਂ, ਤੇ ਜਿਹਦੇ ਵੀ ਕੁਛ ਛੱਡਣਾ ਪਵੇ, ਕੁਛ ਕਰਨਾ ਪਵੇ, ਉਹ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਸਤਿਗੁਰ ਮਹਾਰਾਜ ਕਹਿੰਦੇ ਕੋਈ ਸੇਵਕ ਬਿਰਲਾ ਕਰੋੜਾਂ ਵਿੱਚ, ਕੋਟ ਮਦੇ ਕਰੋੜਾਂ ਚ, ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਆਪਾਂ ਗੁਰੂ ਦੇ ਵਿਵਹਾਰੀ ਸੇਵਕ ਆ, ਗੁਰੂ ਸਾਡੇ ਵਿਵਹਾਰ ਕਰਦਾ ਰਹੇ ਤੇ ਅਸੀਂ ਸੇਵਕ ਹਾਂ। ਜੇ ਵਿਵਹਾਰ ਨਹੀਂ ਹੋਇਆ ਫਿਰ ਅਸੀਂ ਕਿਤੇ ਹੋਰ ਜਾ ਕੇ ਸੇਵਕ ਬਣ ਜਾਂਦੇ ਹਾਂ। ਬੜੇ ਗੁਰੂ ਆਉਣਗੇ ਸਤਸੰਗ ਜੀ, ਬੜੇ ਆਏ ਨੇ, ਪਰ ਸਾਡਾ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਰਾਜਨ ਰਾਜ ਨੇ। ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈ, ਸਾਰੀ ਦੁਨੀਆ ਤੇ ਗੁਰੂ ਹੋ ਜਾਣ ਪਰ ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈ। ਜਿਹਦਾ ਪਿਓ ਹੋਵੇ ਉਹਨੂੰ ਪਿਤਾ ਬਣਾਉਣ ਦੀ ਲੋੜ ਨਹੀਂ ਪੈਂਦੀ ਹੈ। ਸਾਡਾ ਤਾਂ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ, ਪਰ ਸਿੱਖਾ ਤੇਰਾ ਭਰੋਸਾ ਚਾਹੀਦਾ, ਤੇਰਾ ਵਿਸ਼ਵਾਸ ਚਾਹੀਦਾ, ਤੇਰੀ ਸ਼ਰਧਾ ਚਾਹੀਦੀ। ਪਹਿਲਾਂ ਵੀ ਹੁਣ ਵੀ ਅੱਗੇ ਨੂੰ ਵੀ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੈ। ਪਰ ਗੁਰੂ ਪਰਖਦਾ ਪਹਿਲਾਂ ਵੀ ਕਿਤੇ ਦੂਜੇ ਥਾਂ ਤੋਂ ਫਿਰ ਫੁਰ ਕੇ ਇੱਥੇ ਕੰਮ ਕਰਨ ਤਾਂ ਨਹੀਂ ਆ ਗਿਆ। ਇਸ ਤਰ੍ਹਾਂ ਦੇ ਵੀ ਹੁੰਦੇ ਨਾ, ਫਿਰ ਸਾਸ ਮੇਰੇ ਫਿਰ ਭਰਾ ਕੇ ਫਿਰ ਬਾਬਾ ਗਰਮਜੀ ਜੀ ਨੂੰ ਕਹਿਣਗੇ ਅਰਦਾਸ ਕਰਾਉਣ ਆਇਆ ਦੀ, ਸਾਰੇ ਪਾਸੋਂ ਹੁਣ ਉਹ ਆਇਆ ਹੁਣ ਇੱਥੇ ਅਰਦਾਸ ਕਰਾਉਣ ਆ ਗਏ। ਇੱਥੇ ਗੁਰੂ ਵੀ ਨਹੀਂ ਸੁਣਦਾ, ਇਹ ਤਾਂ ਮਤਲਬ ਹੀ ਬੰਦਾ ਮਤਲਬ ਵਾਸਤੇ ਇੱਥੇ ਆਇਆ, ਨਹੀਂ ਤਾਂ ਕੱਲ੍ਹ ਹੋਰ ਥਾਂ ਬੈਠਾ ਹੋਇਆ ਝੋਲਾ ਲੈ ਕੇ। ਗੁਰੂ ਵੀ ਪਰਖਦਾ ਸਤਸੰਗ, ਮਿੱਟੀ ਦਾ ਭਾਂਡਾ ਲੈਣ ਸਾਡੀਆਂ ਮਾਈਆਂ ਬੀਬੀਆਂ ਜਾਂਦੀਆਂ, ਉਹਨੂੰ ਉਹਦੇ ਤੇ ਹੱਥ ਮਾਰ ਕੇ ਦੇਖਦੇ ਨੇ, ਪਿੰਡਾਂ ਤਾਂ ਨਹੀਂ ਕਿਤੇ ਪੱਕਾ ਚਾਹੀਦਾ। ਇਸ ਤਰ੍ਹਾਂ ਗੁਰੂ ਵੀ ਪਰਖ ਕੇ ਖਜ਼ਾਨੇ ਚ ਪਾਉਂਦਾ ਆਪਣੇ ਚ, ਖਰੇ ਪਰਖ ਖਜ਼ਾਨੇ ਪਾਇਆ ਨੇ ਖੋਟੇ ਸੱਜੇ ਅਨਵਾਰ ਵਾਰ। ਖੋਟੀ ਚੀਜ਼ ਨੂੰ ਤੁਸੀਂ ਘਰ ਨਹੀਂ ਰੱਖਦੇ ਤੇ ਗੁਰੂ, ਪਰ ਜੇ ਸ਼ਰਨ ਚ ਆ ਜਾਵੇ ਸੱਚੇ ਪਾਤਸ਼ਾਹ ਦੀ, ਸੱਚੇ ਪਾਤਸ਼ਾਹ ਮੈਂ ਖੋਟਾਂ ਭਾਵੇਂ ਵਾਲਾਂ, ਜਿਵੇਂ ਦਾ ਮੈਂ ਤੇਰੀ ਸ਼ਰਨ ਚ ਆ ਗਿਆ ਮੇਰਾ ਕੋਈ ਹੋਰ ਥਾਂ ਨਹੀਂ ਹੈ। ਤੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਸਤਿਗੁਰੂ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਾਲ। ਫਿਰ ਗੁਰੂ ਖੋਟਿਆਂ ਨੂੰ ਵੀ ਬਾਰਾਂ ਬੰਨੀ ਦਾ ਸੋਨਾ ਬਣਾ ਦਿੰਦਾ। ਇਸ ਕਰਕੇ ਭਾਈ ਅੱਜ ਮਨ ਬੜੇ ਕਮਜ਼ੋਰ ਨੇ, ਐਵੇਂ ਡਾਵਾਂ ਡੋਲੇ ਡੱਕਦੇ ਫਿਰੀ ਜਾਂਦੇ ਕਦੇ ਕਿਤੇ ਕਦੇ ਕਿਤੇ। ਬਸ ਇੱਕੋ ਹੀ, ਗੁਰੂ ਤੇ ਸ਼ਰਧਾ ਰੱਖਣੀ ਹੈ। ਸੁੱਖ ਆਉਣਗੇ ਜ਼ਿੰਦਗੀ 'ਚ ਬੜੇ, ਦੁੱਖ ਆਉਣਗੇ, ਘਾਟੇ ਵੀ ਆਉਣਗੇ, ਵਾਧੇ ਵੀ ਆਉਣਗੇ, ਇਹ ਤਾਂ ਜੀਵਨ ਦਾ ਧਰਮ ਹੈ। ਪਰ ਅਰਦਾਸ ਇੱਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨੀ ਹੈ ਸਿੱਖ ਨੇ। ਫਿਰ ਗੁਰੂ ਸਤਿਗੁਰ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਗੁਰ ਸਦਾ ਸੰਭਾਲੇ। ਇੱਥੇ ਹੀ ਨਹੀਂ ਹੈ, ਸਦਾ ਅੰਗ ਸੰਗੇ ਅਭੰਗ ਬਭੂਤੇ, ਅੱਗੇ ਲੋਕ ਪਰਲੋਕ ਸੰਗ ਸਹਾਈ।
ਅੱਗੇ ਪਰਲੋਕ ਵਿੱਚ ਵੀ ਸੰਗ ਸਦਾ ਹੈ ਨਾਲੇ ਗੁਰੂ ਮੇਰੇ ਸੰਗ ਸਦਾ ਸਰਸੇ
ਪਿੰਡ ਦਾ ਨਾਂ ਨਹੀਂ ਹੈ ਨਾ ਕੋਈ ਜ਼ਿਲ੍ਹਾ ਤਹਿਸੀਲ ਹੈ ਲੋਕੀ ਉੱਧਰ ਭੱਜ ਪਏ ਤਾਂ ਬੇਨਤੀ ਕੀਤੀ ਥੋੜ੍ਹੇ ਜਿਹੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕੋਲ ਬਾਕੀ ਤਾਂ ਫਿਰ ਝੋਲੇ ਤਿਆਰ ਹੀ ਰੱਖ ਲਏ ਕੱਪੜੇ ਪਾ ਬਸ ਇੱਕ ਦਰਤੀ ਅਰਦਾਸ ਕਰਨੀ ਹੈ ਸਤਸੰਗ ਦੀ ਸਿੱਖ ਨੇ ਜਦ ਫਿਰ ਨਾਨੂ ਪੰਡਿਤ ਦੀ ਗੋਸ਼ਟ ਹੋਈ ਮਹਾਰਾਜ ਦੇ ਨਾਲ ਪਛੇਤਰ ਉਹਨੇ ਕੱਕਾ ਕੱਟ ਦਿੱਤਾ ਤੇ ਨਾਨੂ ਪੰਡਿਤ ਰਹਿ ਗਿਆ ਅਕਾਲ ਪੁਰਖ ਆਪਣਾ ਨਾਂ ਨਾਨਕ ਰਖਾ ਕੇ ਸੰਸਾਰ ਤੇ ਪ੍ਰਗਟ ਹੋ ਤਾਂ ਹੀ ਆਪਾਂ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਸਾਡੀ ਹਾਲਤ ਦੇਖੀ ਕਮਜ਼ੋਰ ਸਰੀਰ ਛੋਟੀਆਂ ਉਮਰਾਂ ਦਿਲ ਦਿਮਾਗ ਨੂੰ ਕੱਦੇ ਬਹੁਤੀ ਸਾਧਨਾ ਨਹੀਂ ਕਰ ਸਕਦੇ ਬਹੁਤਾ ਜਪ ਤਪ ਨਹੀਂ ਕਰ ਸਕਦੇ ਤਪੱਸਿਆ ਨਹੀਂ ਕਰ ਸਕਦੇ ਹੁਣ ਆਪਾਂ ਨੂੰ ਕਿਸੇ ਨੂੰ ਅੱਧਾ ਘੰਟਾ ਹੋਇਆ ਕਿਸੇ ਨੂੰ ਘੰਟਾ ਕਿਸੇ ਨੂੰ ਡੇਢ ਹੋ ਗਿਆ ਹੋਣਾ ਡੇਢ ਤਾਂ ਕਿਸੇ ਨੂੰ ਘੱਟ ਹੀ ਹੋਇਆ ਹੋਣਾ ਕਿਉਂਕਿ ਡੇਢ ਵਜੇ ਤਾਂ ਮਨ ਦਾ ਪ੍ਰਕਾਸ਼ ਹੋਇਆ ਤੇ ਅਜੇ ਡੇਢ ਘੰਟੇ ਹੀ ਹੋਇਆ ਥੋੜੇ ਜਿਹੇ ਮਾਈ ਭਾਈ ਹੋਣਗੇ ਪਰ ਇੰਨਾ ਚਿਰ ਜੇ ਬੈਠੇ ਨੂੰ ਹੋਇਆ ਸਾਨੂੰ ਬਹਿਣਾ ਔਖਾ ਇੰਨਾ ਚਿਰ ਵੀ ਚੌਂਕੜਾ ਮਾਰਨਾ ਤੇ ਆਪਾਂ ਕੀ ਹੁਣ ਤਪੱਸਿਆ ਕਰਾਂਗੇ ਸਰੀਰ ਕਮਜ਼ੋਰ ਨੇ ਦਿਲ ਦਿਮਾਗ ਕਮਜ਼ੋਰ ਨੇ ਬਹੁਤਾ ਸਾਧਨ ਨਹੀਂ ਕਰ ਸਕਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਦਇਆ ਕੀਤੀ ਸਤ ਸੰਗਤ ਇੱਕ ਸਾਧਨ ਐਸਾ ਸਾਧਨ ਬਣਾ ਦਿੱਤਾ ਜਿਹਦੀ ਮਿਹਨਤ ਬਹੁਤ ਘੱਟ ਹੈ ਅਤੇ ਫਲ ਬਹੁਤ ਜ਼ਿਆਦਾ ਹੈ ਬੱਚੇ ਵੀ ਕਰ ਸਕਦੇ ਨੇ ਨੌਜਵਾਨ ਵੀ ਕਰ ਸਕਦੇ ਨੇ ਬਜ਼ੁਰਗ ਵੀ ਮਾਈ ਭਾਈ ਸਾਰੇ ਸਤ ਸੰਗਤ ਕਰ ਸਕਦੇ ਅਤੇ ਮਿਹਨਤ ਬੜੀ ਘੱਟ ਹੈ ਫਲ ਬਹੁਤ ਜ਼ਿਆਦਾ ਹੈ ਜਿਹਨੂੰ ਸੰਗਤ ਮਿਲ ਜਾਏ ਗੁਰੂ ਦੀ ਬਾਣੀ ਦੀ ਸਤ ਸੰਗਤ ਮਿਲ ਜਾਏ ਸੰਸਾਰ ਸੰਸਾਰ ਭਗਜਨ ਤੋਂ ਉਹਦਾ ਪਾਰ ਸਤਾਰਾ ਸਹਿਜੇ ਹੀ ਹੋ ਜਾਂਦਾ ਥਾਂ ਥਾਂ ਤੇ ਬਾਣੀ ਦੇ ਵਿੱਚ ਸਤ ਸੰਗਤ ਕਰਨ ਦੀ ਤਾਕੀਦ ਕੀਤੀ ਹੈ ਤੇ ਸੰਗਤ ਦਾ ਹਰ ਇੱਕ ਚੀਜ਼ ਦੇ ਉੱਤੇ ਅਸਰ ਹੁੰਦਾ ਹੈ ਹਰ ਇੱਕ ਚੀਜ਼ ਸੰਗਤ ਦਾ ਅਸਰ ਕਬੂਲਦੀ ਹੈ ਸਾਧਸੰਗ ਜੀ ਜਿਹੜੀ ਥਾਂ ਤੇ ਰੋਜ਼ ਤੁਸੀਂ ਬੈਠ ਕੇ ਨਿਤਨੇਮ ਕਰਦੇ ਹੋ ਉੱਥੇ ਸ਼ੁੱਧੀ ਰੱਖੋ ਪਵਿੱਤਰਤਾ ਰੱਖੋ ਇੱਕ ਥਾਂ ਤੇ ਬੈਠ ਕੇ ਸਿਮਰਨ ਕਰੋ ਨਿਤਨੇਮ ਉਹ ਆਸਣ ਵੀ ਤੁਹਾਡੀ ਮਦਦ ਕਰਦਾ ਸਿਮਰਨ ਕਰਨ ਵਿੱਚ ਹੁਣ ਜਦ ਆਪਾਂ ਗੁਰੂ ਘਰ ਆਉਂਦੇ ਕਹਿੰਦੇ ਮਨ ਨੂੰ ਬੜੀ ਸ਼ਾਂਤੀ ਆਈ ਹੈ ਕਿਉਂਕਿ ਇੱਥੇ ਮਰਿਆਦਾ ਹੈ ਤੁਸੀਂ ਆਪਣੇ ਪੈਰ ਧੋ ਕੇ ਗਏ ਹੋ ਸਿਰ ਢੱਕ ਕੇ ਗਏ ਹੋ ਕੋਈ ਉੱਥੇ ਦੁਨਿਆਵੀ ਗੱਲ ਨਹੀਂ ਕਰਦੇ ਤੇ ਭੈ ਨਾਲ ਬੈਠੇ ਹੋ ਤਾਂ ਬਣਾ ਇਹ ਜਗ੍ਹਾ ਇੰਨੀ ਕੁ ਜਗ੍ਹਾ ਤੁਸੀਂ ਨਿਤਨੇਮ ਵਾਸਤੇ ਆਪਣੇ ਘਰ 'ਚ ਵੀ ਬਣਾ ਲਓ ਉੱਥੇ ਵੀ ਸ਼ਾਂਤੀ ਆਉਣ ਲੱਗਦੀ ਧਰਤੀ ਵੀ ਅਸਰ ਕਬੂਲਦੀ ਹੈ ਆ ਜਿਹੜੀ ਬਨਸਪਤੀ ਖੜੀ ਹੈ ਨਾ ਇਹਨਾਂ ਉੱਤੇ ਵੀ ਸੰਗਤ ਦਾ ਅਸਰ ਹੁੰਦਾ ਆ ਜਿਹੜੇ ਪਸ਼ੂ ਨੇ ਇਹਨੇ ਇਹ ਵੀ ਇਹਨਾਂ ਉੱਤੇ ਵੀ ਸੰਗਤ ਦਾ ਅਸਰ ਹੁੰਦਾ ਸਤਸੰਗ ਵਿੱਚ ਵੈਸੇ ਸੰਗਤ ਹਰ ਇੱਕ ਚੀਜ਼ ਨੂੰ ਬਦਲ ਦਿੰਦੀ ਹੈ ਸੰਗਤ ਦਾ ਸੁਭਾਅ ਹੈ ਕਿ ਦੂਜੇ ਉੱਤੇ ਆਪਣਾ ਪ੍ਰਭਾਵ ਪਾ ਦਿੰਦੀ ਹੈ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਉਹਨਾਂ ਨੇ ਕਈ ਉਦਾਹਰਣਾਂ ਦੇ ਕੇ ਆਪਾਂ ਨੂੰ ਸਮਝਾਇਆ ਕਿ ਸੰਗਤ ਦਾ ਜੀਵਨ ਉੱਤੇ ਬੜਾ ਗਹਿਰਾ ਅਸਰ ਪੈਂਦਾ ਹੈ ਕਈ ਉਦਾਹਰਣਾਂ ਦਿੱਤੀਆਂ ਨੇ ਭਾਈ ਸਾਹਿਬ ਨੇ
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਾਗਜ਼ ਉੱਤੇ ਇੱਕ ਬੂੰਦ ਪਾਣੀ ਦੀ ਰੱਖਦੀ ਹੈ, ਉਹ ਕਾਗਜ਼ ਨੂੰ ਗਾਲ ਕੇ ਵਿੱਚੋਂ ਲੰਘ ਜਾਂਦੀ ਹੈ ਇੱਕ ਬੂੰਦ। ਬਚਨ ਬਾਣੀ ਵਿੱਚ ਵੀ ਲਿਖਿਆ ਗੁਰੂ ਮਹਾਰਾਜ ਨੇ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ, ਬਿਰਸਤ ਬਾਰ ਨਾ ਲੱਗੇ ਜਿਉਂ ਕਾਗਜ਼ ਬੂੰਦਾਰ। ਜਿਵੇਂ ਬੂੰਦ ਕਾਗਜ਼ ਉੱਤੇ ਥੋੜ੍ਹਾ ਜਿਹਾ ਰੁਕਦੀ ਗਾਲ ਕੇ ਵਿੱਚੋਂ ਲੰਘ ਜਾਂਦੀ, ਪਰ ਭਾਈ ਗੁਰਦਾਸ ਜੀ ਕਹਿੰਦੇ ਉਸੇ ਕਾਗਜ਼ ਨੂੰ ਘਿਓ ਲਾ ਕੇ ਦਰਿਆ 'ਚ ਸਿੱਟ ਦਿਓ, ਕਦੀ ਨਿਕਲੇਗਾ। ਹੁਣ ਸੰਗਤ ਮਿਲ ਗਈ ਨਾ ਘਿਓ ਦੀ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕਿਰਤ ਸਨ ਮਧ ਜਲ ਮਧ ਸਾਵਧਾਨ ਹੈ। ਵਧੀਆ ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀ ਵੀ ਇੱਕ ਬੂੰਦ ਨੇ ਤਾਂ ਕਾਗਜ਼ ਨੂੰ ਗਾਲ ਦਿੱਤਾ ਸੀ, ਪਰ ਉਸ ਕਾਗਜ਼ ਨੂੰ ਘਿਓ ਲਾ ਕੇ ਦਰਿਆ 'ਚ ਸਿੱਟ ਦਿਓ, ਫਿਰ ਨਿਕਲੇਗਾ। ਤੇ ਦੂਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਨੇ ਕਰੋੜਾਂ ਪੰਡਾਂ ਰੂੰਦੀਆਂ ਪਈਆਂ ਸੀ, ਉਹਦੇ ਵਿੱਚ ਇੱਕ ਚੰਗਿਆੜੀ ਅੱਗ ਦੀ ਡਿੱਗ ਪਈ, ਇੱਕ ਚੰਗਿਆੜੀ ਨੇ ਕਰੋੜਾਂ ਪੰਡਾਂ ਰੂੰਦੀਆਂ ਸਾੜ ਕੇ ਸਵਾਹ ਕਰ ਦਿੱਤੀਆਂ, ਪਰ ਉਸੇ ਰੂੰ ਦੇ ਵਿੱਚੋਂ ਥੋੜ੍ਹਾ ਜਿਹਾ ਰੂੰ ਲੈ ਕੇ ਬੱਤੀ ਵੱਟੀ, ਦੀਵੇ ਵਿੱਚ ਤੇਲ ਪਾ ਕੇ ਉਹ ਬੱਤੀ ਜਗਾ ਦਿੱਤੀ। ਉਹ ਛੁੱਟੀ ਜੀ ਬੱਤੀ ਕਈ ਦਿਨ ਨਹੀਂ ਸੜੀ, ਕਿਉਂਕਿ ਉਹਨੂੰ ਤੇਲ ਦੀ ਸੰਗਤ ਮਿਲ ਗਈ। ਭਾਈ ਸਾਹਿਬ ਦੇ ਬਚਨ ਨੇ, ਭਾਈ ਗੁਰਦਾਸ ਜੀ ਨੇ ਥੋੜ੍ਹਾ ਜਿਹਾ ਤੇਲ ਪਾ ਕੇ ਬੱਤੀ ਜਗਾ ਦਿੱਤੀ, ਉਹ ਬੱਤੀ ਕਈ ਦਿਨ ਨਹੀਂ ਸੜੀ। ਜੈਸੇ ਕੋਟ ਭਾਰ ਤੋੜ ਤਨਕ ਚਿੰਨ ਗਜਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਜਦੋਂ ਬੱਤੀ ਨੂੰ ਤੇਲ ਦੀ ਸੰਗਤ ਮਿਲ ਗਈ, ਕਈ ਦਿਨ ਉਹ ਹੀ ਜਗਦੀ ਰਹੀ। ਤੀਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਨੇ, ਥੋੜ੍ਹਾ ਜਿਹਾ ਲੋਹਾ ਪਾਣੀ 'ਚ ਸਿੱਟਿਆ ਤੇ ਡੁੱਬ ਗਿਆ, ਪਰ ਉਸੇ ਲੋਹੇ ਨੂੰ ਬੇੜੀ ਨਾਲ ਲਾ ਦਿੱਤਾ ਖੱਟਿਆਂ ਨਾਲ। ਜਦੋਂ ਲੋਹੇ ਨੂੰ ਬੇੜੀ ਦੀ ਸੰਗਤ ਮਿਲ ਗਈ, ਉਹਨੇ ਆਪ ਤਾਂ ਕੀ ਡੁੱਬਣਾ ਸੀ, ਉਹ ਦੂਜਿਆਂ ਨੂੰ ਨਹੀਂ ਡੁੱਬਣ ਦਿੰਦੀ। ਜੈਸੇ ਲੋਹ ਬੂੜ ਜਾਤ ਸਲਲ ਮੈਂ ਡਾਲ ਤਹੀ, ਕੋਈ ਚੈਨ ਨਹੀਂ ਕਰ ਸਕਦਾ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਵੀ ਨਹੀਂ ਜੀ, ਅਸੀਂ ਦੇਖਿਆ ਉਹ ਲਹਿਦਾ ਗੱਲ ਹੈ ਕਿ ਬੇੜੀ ਚਲਾਉਣ ਵਾਲਾ ਹੀ ਮੱਝ ਭਾਰਤ ਲੈ ਵੜਿਆ, ਬੇੜੀ ਦਾ ਕਿਸਮ ਥੋੜ੍ਹਾ ਜਵਾਬ ਵੀ ਘੁੰਮਣ ਘੇਰੀ 'ਚ ਲੈ ਵੜਿਆ, ਉਹ ਤਾਂ ਫਿਰ ਉਹਦਾ ਕਸੂਰ ਹੈ ਨਾ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਲੋਕ ਬੂੜ ਜਾਤ ਸਦਨ ਮੈਂ ਡਰਦੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਣ ਹੈ। ਦਰਿਆਵਾਂ ਤੋਂ ਪਾਰ ਕਰਦੀ ਬੇੜੀ ਉਹ ਲੋਹਾ, ਉਹ ਆਪਣੀ ਡੁੱਬਦਾ ਨਾ ਦੂਜੇ ਨੂੰ ਡੁੱਬਣ ਨੂੰ। ਸਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਜਨਮ ਕਾਲ ਬਿਆਲ ਸਗਲ ਸੰਸਾਰ ਗਰਸੈ, ਸਤਿਗੁਰ ਭੇਟ ਤੇ ਦਾਸਨ ਦਾਸਾਨ ਹੈ। ਜਿਹੜੇ ਜਮਕਾਲ ਨੇ ਸਾਰੀ ਦੁਨੀਆਂ ਨੂੰ ਮੂੰਹ 'ਚ ਪਾ ਜਾਣਾ ਹੈ, ਭੱਖ ਜਾਣਾ ਹੈ, ਜਦੋਂ ਤੂੰ ਗੁਰੂ ਦੀ ਸੰਗਤ ਕਰਨ ਲੱਗ ਜਾਏਗਾ, ਬਾਣੀ ਦੀ ਸੰਗਤ ਕਰਨ ਲੱਗ ਜਾਏਗਾ, ਨਾਮ ਦੀ ਸੰਗਤ ਕਰੇਗਾ ਸਤਿਪੁਰਸ਼ਾਂ ਦੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਜਮਕਾਲ ਤੇਰੇ ਸੇਵਕਾਂ ਦਾ ਸੇਵਕ ਬਣ ਜਾਏਗਾ। ਸਾਧ ਕੈ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੋਭੇ। ਜਿਵੇਂ ਕਾਨੂੰਨ ਬਣਾਉਂਦੀ ਨਾ ਸਰਕਾਰ, ਕਾਨੂੰਨ ਤੇ ਉਹਨੂੰ ਲਾਗੂ ਕਰ ਦਿੰਦੀ ਹੈ, ਬਾਣੀ ਦੇ ਵਿੱਚ ਇੱਕ ਕਾਨੂੰਨ ਬਣਿਆ ਵੀ ਸੰਗਤ ਦੇ ਵਿੱਚ ਬੈਠਾ ਹੋਵੇ ਜਿੱਡਾ ਮਰਜ਼ੀ ਪਾਪੀ ਬੰਦਾ ਹੈ ਤੇ ਉਹਦਾ ਵਕਤਿਆਂਤ ਆ ਜਾਏ, ਜਮਦੂਤ ਅੰਦਰ ਨਹੀਂ ਵੜ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾਮ ਨਾਮ ਤੋਂ ਨਹਿ ਛੁੱਟੈ
ਨਿਕਟ ਨਾ ਜਾਈਓ ਦੂਤ ਇਹ ਹੁਕਮ ਹੈ ਦੂਤਾਂ ਨੂੰ ਉੱਥੇ ਨਹੀਂ ਜਾਣਾ ਜਿੱਥੇ ਸੰਗਤ ਜੁੜ ਕੇ ਰੱਬ ਦਾ ਨਾਮ ਜਪਦੀ ਹੈ ਹਰ ਕੀਰਤਨ ਕਰ ਰਹੀ ਹੈ ਉੱਥੇ ਨਹੀਂ ਜਾਣਾ ਤੁਸੀਂ ਜੇ ਜਾਓਗੇ ਨਾ ਮੈਂ ਛੁੱਟਾਂਗਾ ਧਰਮ ਰਾਜਾ ਕਹਿੰਦਾ ਨਾ ਹੋ ਨਾ ਤੂੰ ਤੁਸੀਂ ਵੀ ਨਹੀਂ ਛੁੱਟਣਾ ਨਿਕਟ ਨਾ ਜਾਈਓ ਦੂਤ ਇਹ ਸੱਚਖੰਡ ਹੈ ਨਾ ਸੱਚਖੰਡ ਚ ਜੰਮੂ ਤਾਂ ਆ ਹੀ ਨਹੀਂ ਸਕਦਾ ਇਹ ਮਹਾਂਪੁਰਖ ਦੇ ਸੱਚਖੰਡ ਹੈ ਜਿੱਥੇ ਆਪਾਂ ਬੈਠੇ ਹਾਂ ਕਹਿਤ ਕਬੀਰ ਆ ਕਹੀਏ ਕਾਰੇ ਸਾਧ ਸੰਗਤ ਬੈਕੁੰਠ ਹੈ ਆਏ ਤੈ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਇਹ ਬੈਕੁੰਠ ਤਾਂ ਕਮਾਈ ਵਾਲਾ ਜਾਂਦਾ ਇੱਥੇ ਵੀ ਵੱਡੇ ਭਾਗ ਵਾਲੇ ਆਉਂਦੇ ਨੇ ਭਾਗਾ ਨਹੀਂ ਆ ਸਕਦਾ ਜਿਹਦੇ ਵੱਡੇ ਭਾਗ ਹੋਣ ਉਹ ਤਾਂ ਸਤਸੰਗ ਵਿਆਹ ਛੱਡ ਕੇ ਵੀ ਆ ਜਾਂਦੇ ਨੇ ਸੰਗਤ ਦੇ ਵਿੱਚ ਤੇ ਜਿਹਨਾਂ ਦੇ ਨਹੀਂ ਭਾਗ ਵਿਆਹ ਪਰਸਨ ਨੂੰ ਸਾਨੂੰ ਵਿਆਹ ਆ ਗਿਆ ਸੀ ਕਿੱਦਾਂ ਨੇ ਵਿਆਹ ਪਰਸਨ ਨੂੰ ਲਈ ਤੇ ਅੱਜ ਹੀ ਤਿਆਰੀ ਕਰਸੇ ਕਰਦੇ ਕੱਲ੍ਹ ਨੂੰ ਜਾਣਾ ਉੱਥੇ ਉਹਦੇ ਵਾਸਤੇ ਗੱਲ ਨਹੀਂ ਹੈ ਭਾਗਾ ਤੋਂ ਨੂੰ ਮਿਲਦੀ ਨਹੀਂ ਸੰਗਤ ਟੋਕਰੀ ਸੇਵਾ ਕਰਦੀਆਂ ਨੇ ਮਾਈਆਂ ਜ਼ਿਆਦਾ ਕਰਦੀਆਂ ਸਗੋਂ
ਭਾਈ ਵੀ ਸੇਵਾ ਕਰਦੇ ਜੇ ਲੋੜ ਪਈ ਭਾਈਆਂ ਨੇ ਸਿੰਘਾਂ ਨੇ ਖੰਡਾ ਚੱਕਿਆ ਜ਼ੁਲਮ ਦੇ ਵਿਰੁੱਧ ਤਾਂ ਮਾਈਆਂ ਦਾ ਵੀ ਪੂਰਾ ਪੂਰਾ ਸਹਿਯੋਗ ਨਾਲ ਰਿਹਾ ਮਾਈਆਂ ਨੇ ਵੀ ਖੰਡਾ ਪਾਇਆ ਕੁਰਬਾਨੀਆਂ ਜੇ ਸਿੰਘਾਂ ਨੇ ਦਿੱਤੀਆਂ ਨੇ ਤੇ ਬੀਬੀਆਂ ਦੀ ਘੱਟ ਨਹੀਂ ਪਿੱਛੇ ਇਹਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਇਹ ਗੁਰੂ ਨਾਨਕ ਦਾ ਘਰ ਹੈ ਬਰਾਬਰ ਬੈਠੀਆਂ ਨੇ ਬੀਬੀਆਂ ਬਰਾਬਰ ਸੱਚੇ ਪਾਤਸ਼ਾਹ ਨੇ ਸਤਿਕਾਰ ਦਿੱਤਾ ਹੈ ਮਾਈਆਂ ਨੂੰ ਜ਼ਿਆਦਾ ਵਡਿਆਈ ਦਿੱਤੀ ਹੈ ਸਭ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵਰ ਦਿੱਤੇ ਨੇ ਬੜੇ ਗੁਰੂ ਅਮਰਦਾਸ ਮਾਨ ਨੇ 72 ਪੀੜੇ ਬ੍ਰਹਮ ਗਿਆਨਣਾ ਬੀਬੀਆਂ ਨੂੰ ਦੇਖ ਕੇ ਸਿੱਖੀ ਦਾ ਪ੍ਰਚਾਰ ਕਰਨ ਲਾਇਆ ਕਿਉਂਕਿ ਮਾਈਆਂ 'ਚ ਪ੍ਰੇਰਨ ਸ਼ਕਤੀ ਜ਼ਿਆਦਾ ਹੈ ਇਹ ਜ਼ਿਆਦਾ ਪ੍ਰੇਰ ਸਕਦੇ ਇਹ ਸਾਡੇ ਗੁਣ ਹੁਣ ਦੂਜੇ ਲੋਕਾਂ ਨੇ ਚੁਰਾਇਆ ਉਹ ਆ ਕੇ ਕਿਸੇ ਪੜ੍ਹੀ ਲਿਖੀ ਬੀਬੀ ਨੂੰ ਕਹਿੰਦੇ ਨੇ ਤੈਨੂੰ ਨੌਕਰੀ ਦਿਆਂਗੇ ਤੂੰ ਪਲੱਸ ਟੂ ਕੀਤੀ ਹੈ ਬੀ ਏ ਕੀਤੀ ਹੈ ਤੈਨੂੰ ਨੌਕਰੀ ਦਿਆਂਗੇ ਤੁਸੀਂ ਸਾਡਾ ਧਰਮ ਅਪਣਾਓ ਉਹਨਾਂ ਨੂੰ ਪਤਾ ਹੈ ਇੱਕ ਬੀਬੀ ਜਿਹੜੇ ਧਰਮ 'ਚ ਆ ਜਾਏਗੀ ਉਹਦੇ ਦੋ ਪਰਿਵਾਰ ਆਪੇ ਜੁੜ ਜਾਣਗੇ ਪਿਛਲਾ ਅਤੇ ਅਗਲਾ ਦੋਵੇਂ ਪਰਿਵਾਰ ਜੁੜ ਜਾਣਗੇ ਪੋਲਸੀ ਸਾਡੀ ਹੈ ਗੁਰੂ ਨਾਨਕ ਦੇ ਘਰ ਦੀ ਅਤੇ ਲਾਗੂ ਉਹਨਾਂ ਨੇ ਕੀਤੀ ਹੋਈ ਖਰੀਦ ਖਰੀਦ ਕੇ ਆਪਣੇ ਧਰਮਾਂ 'ਚ ਲਿਆ ਲੈ ਤੁਹਾਨੂੰ ਨੌਕਰੀ ਦਿਆਂਗੇ ਤੁਹਾਡੇ ਬੱਚੇ ਫਰੀ ਪੜ੍ਹਾਵਾਂਗੇ ਤੁਹਾਡੇ ਦਵਾਈ ਬੂਟੀ ਫਰੀ ਘਰ ਬਣਾਵਾਂਗੇ ਤੁਹਾਡੇ ਲੋਕ ਜਾ ਰਹੇ ਨੇ ਛੱਡ ਛੱਡ ਕੇ ਧਰਮ ਸਾਧ ਸਿੰਘ ਜੀ ਜਿਹੜਾ ਖਰੀਦਿਆ ਧਰਮ ਹੁੰਦਾ ਨਾ ਜਿਹੜਾ ਬੰਦਾ ਖਰੀਦਿਆ ਜੇ ਉਹਦੀ ਹੈਸੀਅਤ ਖਤਮ ਹੋ ਜਾਂਦੀ ਜੇ ਉਹਨੂੰ ਉਦੋਂ ਜ਼ਿਆਦਾ ਰੇਟ ਕਿਸੇ ਨੇ ਦੇ ਦਿੱਤਾ ਉਹਨੇ ਉਹਨੂੰ ਛੱਡ ਕੇ ਹੋਰ ਧਰਮ ਜਗ੍ਹਾ ਹੋ ਜਾਣਾ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਉਂ ਘੱਟ ਆਉਂਦੇ ਆ ਇੱਥੇ ਐਡਮਿਸ਼ਨ ਫੀਸ ਹੈ ਜੇ ਇੱਧਰ ਆਉਣਾ ਤਾਂ ਤਲੀ 'ਤੇ ਧਰ ਕੇ ਆਈ ਇੱਧਰ ਮੈਨੂੰ ਘੱਟੀ ਆ ਉਹਨਾਂ ਉੱਧਰ ਘਰ ਬਣਦੇ ਨੇ ਨੌਕਰੀਆਂ ਮਿਲਦੀਆਂ ਨੇ ਅਤੇ ਉੱਧਰ ਨੂੰ ਭੱਜਣਗੇ ਫਿਰ ਸਾਰੇ ਪਰ ਸਾਡੇ ਬਜ਼ੁਰਗ ਕਹਿੰਦੇ ਨੇ ਸਸਤਾ ਰੋਵੇ ਵਾਰ ਵਾਰ ਮਹਿੰਗਾ ਰੋਵੇ ਇਹ ਠੀਕ ਹੈ ਸਿਰ ਦੇ ਕੇ ਸਿੱਖੀ ਮਿਲਦੀ ਹੈ ਫਿਰ ਸਾਧ ਕਬੀਆਂ ਦੇ ਢੇਰ ਨਾਲ ਤਾਂ ਹੀਰਾ ਇਕੱਲਾ ਹੀ ਬੜਾ ਹੁੰਦਾ ਹੈ ਭੇਡਾਂ ਦੇ ਵੱਗ ਨਾਲ ਬੱਬਰ ਸ਼ੇਰ ਇਕੱਲਾ ਹੀ ਬੜਾ ਹੁੰਦਾ ਹੈ ਕੱਚੇ ਪਿੰਡਾਂ ਨਾਲ ਗੁਰੂ ਦਾ ਸਿੱਖ 1.25 ਲੱਖ ਨਾਲ ਬਰਾਬਰੀ ਇਕੱਲੇ ਨੂੰ 1.25 ਲੱਖ ਦਾ ਖਿਤਾਬ ਦਿੱਤਾ ਪਰ ਇਹ ਨਹੀਂ ਕਿ ਆਪਾਂ ਵਿਸਰੇ ਹੋ ਜਾਣਾ ਆਪਾਂ ਵੀ ਪ੍ਰਚਾਰ ਕਰਨਾ ਆਪਣੇ ਮਤ ਤੁਹਾਡੇ ਗੁਆਂਢ ਵਿੱਚ ਕੋਈ ਗਰੀਬ ਪਰਿਵਾਰ ਹੈ ਸਿਆਲ ਆ ਗਿਆ ਤੁਸੀਂ ਉਹਨਾਂ ਨੂੰ ਵਸਤਰ ਸਵਾ ਦਿਓ ਬੱਚਿਆਂ ਨੂੰ ਉਹ ਆਪੇ ਗੁਰੂ ਘਰ ਨਾਲ ਜੁੜ ਜਾਏਗਾ ਸਾਹ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਅਤੇ ਉਹਨਾਂ ਦੀਆਂ ਬਹੁਤੀਆਂ ਫੀਸਾਂ ਨਹੀਂ ਹੁੰਦੀਆਂ ਤੁਸੀਂ ਕਿਸੇ ਉਹਨਾਂ ਦੇ ਬੱਚਿਆਂ ਦੀ ਫੀਸ ਦੇ ਦਿਓ ਕਰੋ ਉਹ ਆਪੇ ਗੁਰੂ ਘਰ ਨਾਲ ਜੁੜ ਜਾਂਦੇ ਕੋਈ ਬਿਮਾਰ ਹੈ ਤੁਹਾਡੇ ਆਂਢ ਗੁਆਂਢ ਦੇ ਵਿੱਚ ਉਹਦੀ ਦਵਾਈ ਬੂਟੀ ਕਰਾ ਦਿਓ ਗੁਰੂ ਮਹਾਰਾਜ ਕਹਿੰਦੇ ਨੇ ਸਮਝੋ ਤੁਸੀਂ ਗੁਰੂ ਘਰ ਦੀ ਸੇਵਾ ਹੀ ਕਰ ਦਿੱਤੀ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਪਰ ਇਹ ਨਹੀਂ ਹੈ ਕਿ ਸਿੱਖ ਫਿਰ ਗੁਰੂ ਦੀ ਗੋਲਖ 'ਚ ਨਹੀਂ ਪਾਉਂਦਾ ਅੱਜ ਕੱਲ੍ਹ ਇਹ ਪ੍ਰਚਾਰ ਕਰ ਰਹੇ ਨੇ ਗੋਲਕਾਂ ਨਾ ਭਰਿਆ ਕਰੋ ਗੋਲਕਾਂ 'ਚ ਨਾ ਪਾਇਆ ਕਰੋ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਜਿੰਨਾ ਮਰਜ਼ੀ ਰੌਲਾ ਪਾਲਣ ਸਿੱਖ ਦੀ ਸ਼ਰਧਾ ਆਪਣੀ ਕਿਰਤ ਕਮਾਈ 'ਚੋਂ ਗੁਰੂ ਦੀ ਗੋਲਖ ਨੂੰ ਪਤਾ ਲੰਗਰ ਇਹਦੇ ਨਾਲ ਚੱਲਦੇ ਨੇ ਆਹ ਜਿਹੜੀ ਇਮਾਰਤਾਂ ਬਣੀਆਂ ਨੇ ਗੁਰੂ ਦੀ ਗੋਲਖ ਨਾਲ ਹੀ ਬਣੀਆਂ ਇਹ ਕਹਿਣਾ ਚਾਹੀਦਾ ਕਿ ਜੇ ਤੂੰ ਕਿਸੇ ਗਰੀਬ ਦੀ ਮਦਦ ਕਰਿਆ ਪਰ ਉਹ ਗਰੀਬ ਹੋਵੇ ਉਹ ਰਾਤ ਨੂੰ ਸ਼ਰਾਬ ਨਾਲ ਰੱਜਦਾ ਹੋਵੇ ਆਪਣੇ ਬੱਚਿਆਂ ਨੂੰ ਪੜ੍ਹਾ ਨਾ ਸਕਦਾ ਹੋਵੇ ਉਹ ਸਮਝੋ ਤੁਸੀਂ ਅੱਖ ਦੀ ਜੜ 'ਚ ਪਾਣੀ ਪਾ ਰਹੇ ਹੋ ਲੋੜਵੰਦ ਹੋਵੇ ਕਮਾਈ ਦਾ ਕੋਈ ਸੋਰਸ ਨਹੀਂ ਕੋਈ ਦਵਾਈ ਬੂਟੀ ਨਹੀਂ ਕਰਾ ਸਕਦਾ ਜੇ ਤੁਸੀਂ ਉਹਦੀ ਦਵਾਈ ਕਰਾ ਰਹੇ ਹੋ ਤਾਂ ਸਮਝੋ ਤੁਸੀਂ ਗੁਰੂ ਘਰ ਦੀ ਸੇਵਾ ਹੀ ਕਰ ਰਹੇ ਹੋ ਅੱਜ ਲੋੜ ਹੈ ਆਪਾਂ ਨੂੰ ਇਸ ਪਾਸੇ ਚੱਲਣ ਦੀ ਆਪ ਕਮਰ ਕਸੇ ਕਰਕੇ ਖਾਸ ਕਰਕੇ ਮਾਈਆਂ ਨੂੰ ਤੁਹਾਨੂੰ ਬੜੀਆਂ ਵਡਿਆਈਆਂ ਮਿਲੀਆਂ ਘਰ ਘਰ 'ਚ ਜਾ ਕੇ ਪ੍ਰਚਾਰ ਕਰੋ ਪ੍ਰੇਰ ਕੇ ਗੁਰੂ ਗ੍ਰੰਥ ਸਾਹਿਬ ਨਾਲ ਸਿੱਖੀ ਨਾਲ ਜੋੜੋ
ਇੱਕ ਜੋੜ ਦੇ ਵਿੱਚ ਜਿਹੜਾ ਕਿਸੇ ਨੂੰ ਪ੍ਰੇਰ ਕੇ ਗੁਰੂ ਨਾਲ ਇੱਕ ਨੂੰ ਭਾਈ ਗੁਰਦਾਸ ਕਹਿੰਦੇ ਨੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਜਿਨ੍ਹਾਂ ਨੂੰ ਪੁੰਨ ਲੱਗਦਾ ਹੈ ਇੱਕ ਨੂੰ ਤੁਸੀਂ ਗੁਰੂ ਨਾਲ ਜੋੜ ਦਿਓ ਬਾਣੀ ਨਾਲ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਅਸੀਂ ਸਾਰੇ ਗੁਰੂ ਨਾਨਕ ਦੇ ਘਰ ਦੇ ਗੁਰੂ ਘਰ ਦੇ ਸੇਵਕਾਂ ਤੇ ਪ੍ਰਚਾਰਕਾਂ ਕਿਸੇ ਤਰੀਕੇ ਨੂੰ ਕਰ ਸਕਦੇ ਕਰੋ ਮਹਾਂਪੁਰਸ਼ਾਂ ਨੇ ਬੀੜਾ ਚੱਕਿਆ ਹੋਇਆ ਵਾਹਿਗੁਰੂ ਨਾਮ ਜਪੋ ਸਤਨਾਮ ਵੇ ਸੰਗਤਾਂ ਲਿਆਉਣੀਆਂ ਗੱਡੀਆਂ ਤੇ ਟਰੱਕਾਂ ਤੇ ਫਿਰ ਉਹਨਾਂ ਵਾਸਤੇ ਸਾਰਾ ਪ੍ਰਬੰਧ ਕਰਨਾ ਫਿਰ ਸਾਡੇ ਕਿੱਡਾ ਵੱਡਾ ਪਰਉਪਕਾਰ ਹੈ ਦੁਨੀਆ ਆਪਣੇ ਵਾਸਤੇ ਕਰਦੀ ਹੈ ਸਾਰੀ ਗੁਰੂ ਘਰ ਵਾਸਤੇ ਸੰਗਤ ਵਾਸਤੇ ਭਗਤ ਕਬੀਰ ਜੀ ਜਲਾਹੇ ਜਾਤੀ ਵਿੱਚ ਹੋਏ ਨੇ ਇਹ ਕਹਿੰਦੇ ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ ਪਰਮੇਸ਼ਵਰ ਨੂੰ ਨਾਮ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਹ ਰਾਮ ਕੇ ਪਿੰਡ ਪਰਾਂ ਪਰਮਾਤਮਾ ਨੂੰ ਮੰਨਦੇ ਹਾਂ ਅਕਾਲ ਪੁਰਖ ਨੂੰ ਬਸ ਇਹਨਾਂ ਤੇ ਵੀ ਬੜੇ ਜਬਰ ਜ਼ੁਲਮ ਹੋਏ ਨੇ ਸੱਚ ਦੇ ਮਾਰਗ ਤੇ ਕੋਈ ਵੀ ਚੱਲੇਗਾ ਸਤਸੰਗ ਜੀ ਆਰੀਆਂ ਸੱਚ ਦੇ ਮਾਰਗ ਤੇ ਚੱਲਣ ਵਾਲੇ ਵਾਸਤੇ ਬਣੀਆਂ ਨੇ ਭੱਠੀਆਂ ਉਹਨਾਂ ਵਾਸਤੇ ਬਣੀਆਂ ਨੇ ਬੰਦ ਬੰਦ ਉਹਨਾਂ ਦੇ ਕੱਟੇ ਜਾਣਗੇ ਉੱਪਰ ਉਹਨਾਂ ਦੇ ਰਹਿਣਗੇ ਜਿਹੜੇ ਸੱਚ ਦੇ ਮਾਰਗ ਤੇ ਚੱਲਣ ਜਿਹੜੀ ਬੇਰੀ ਨੂੰ ਮਿੱਠੇ ਫਲ ਲੱਗਦੇ ਹੋਣ ਲੋਕੀ ਵੱਡੇ ਉਹਨੂੰ ਹੀ ਮਾਰਦੇ ਹੁੰਦੇ ਆ ਸਤਸੰਗ ਜਿਹੜੇ ਦਰਖਤ ਨੂੰ ਮਿੱਠੇ ਫਲ ਲੱਗਦੇ ਨੇ ਉਹਨਾਂ ਨੂੰ ਲੋਕੀ ਵੱਡੇ ਪੱਥਰ ਮਾਰਦੇ ਹੁੰਦੇ ਜਿਹੜੀਆਂ ਸੂਰਬੀਰ ਕੌਮਾਂ ਹੁੰਦੀਆਂ ਤੇ ਸੱਦਦ ਉਹਨਾਂ ਨੂੰ ਧਰਨੇ ਪੈਂਦੇ ਹੁੰਦੇ ਜ਼ੁਲਮ ਉਹਨਾਂ ਤੇ ਹੁੰਦਾ ਭਗਤ ਕਬੀਰ ਜੀ ਤੇ ਵੀ ਬੜੇ ਜਬਰ ਜ਼ੁਲਮ ਹੋਇਆ ਕਦੀ ਹਾਥੀ ਅੱਗੇ ਸਿੱਟਿਆ ਖੂਨੀ ਹਾਥੀ ਅੱਗੇ ਉਹ ਹਾਥੀ ਨਮਸਕਾਰਾਂ ਕਰਦਾ ਹੈ ਜਿਹੜਾ ਹਾਥੀ ਫੜ ਕੇ ਸੁੰਦਰ ਨਾਲ ਧਰਤੀ ਤੇ ਮਾਰ ਮਾਰ ਕੇ ਪੈਰਾਂ ਥੱਲੇ ਮਸਲ ਮਸਲ ਕੇ ਹੱਡੀਆਂ ਭੰਨ ਦਿੰਦਾ ਸੀ ਨਾ ਉਹ ਹਾਥੀ ਕਬੀਰ ਜੀ ਨੂੰ ਨਮਸਕਾਰਾਂ ਕਰਿਆ ਅੱਜ ਕੱਲ੍ਹ ਜਿਹੜੇ ਗਿਆਨੀ ਸਿੰਘ ਕਹਿੰਦੇ ਨੇ ਸੰਤ ਕੋਈ ਨਹੀਂ ਹੋਇਆ ਗੁਰੂ ਨੂੰ ਆਖਿਆ ਤੇ ਪਰਮਾਤਮਾ ਨੂੰ ਆਖਿਆ ਸੰਤ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਕਿਆ ਅਪਰਾਧ ਸੰਤ ਹੈ ਕੀਨਾ ਬਾਂਦ ਕੋਟ ਕੁੰਚਰ ਕੋ ਦੀਨਾ ਕੁੰਚਰ ਕੋਟ ਲੈ ਲੈ ਨਮਸਕਾਰ ਹੈ ਬੂਝੀ ਨਾਹੀ ਕਾਜੀ ਕਾਜੀ ਅੰਧਿਆਰਾ ਤੀਨ ਵਾਰ ਪਤੀਆ ਭਰ ਦੀਨਾ ਮਨ ਕਠੋਰ ਅਜੂ ਨਹਿ ਪਤੀਨਾ ਤਿੰਨ ਵਾਰੀ ਸਿੱਟਿਆ ਕਬੀਰ ਜੀ ਨੂੰ ਮੁਸ਼ਕਾਂ ਬੰਨ ਕੇ ਨਾ ਉਹਦੇ ਹੱਥ ਪੈਰ ਡੋੜ ਕੇ ਹਾਥੀ ਅੱਗੇ ਸਿਰ ਕੁੰਚਰ ਕੋਟ ਲੈ ਲੈ ਨਮਸਕਾਰ ਨਮਸਕਾਰਾਂ ਕਰਦਾ ਹਾਥੀ ਫਿਰ ਕਹਿੰਦੇ ਗੰਗਾ ਸਿੱਟਦੇ ਹੋ ਜਿੱਥੇ ਤੇਜ਼ ਪਾਣੀ ਚੱਲਦਾ ਡੂੰਘਾ ਤੇ ਤੇਜ ਡੁੱਬ ਕੇ ਮਰ ਜਾਏਗਾ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਜਾ ਕੇ ਗੰਗ ਗਸੈਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੇ ਤਨ ਕਾਲੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਗੰਗਾ ਨੇ ਵੀ ਨਹੀਂ ਡੁੱਬਿਆ ਕਬੀਰ ਜੀ ਕਿਸੇ ਨਾਲ ਵੀ ਘੱਟ ਨਹੀਂ ਹੋਈ ਸਤਸੰਗ ਨਾਮਦੇਵ ਵੀ ਬੰਨ ਲਿਆ ਸੀ ਦਿੱਲੀ ਦੇ ਬਾਦਸ਼ਾਹ ਨੇ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਟਲਾ ਤੇਰਾ ਮੈਂ ਦੇਖਣਾ ਰੱਬ ਕਿੱਥੇ ਆ ਆ ਗਊ ਜਿਉਂਦੀ ਗੁਰ ਪਰ ਨਾਮਦੇਵ ਕਹਿੰਦੇ ਕਿਵੇਂ ਹੋ ਸਕਦਾ ਤੇਰੇ ਕਹਿੰਦੇ ਗਊ ਜਿਉਂਦੀ ਕਰ ਕਹਿੰਦੇ ਪੰਡਿਤ ਜਾਂਦਾ ਕੀਤਾ ਸੀ ਬਾਹਮਣ ਉਹ ਤਾਂ ਕਹਿੰਦੇ ਸੁੱਤੇ ਸੁੱਤੇ ਮੇਰੇ ਤੋਂ ਕਿਹਾ ਗਿਆ ਕਹਿੰਦੇ ਫਿਰ ਹੁਣ ਕਰਦੇ ਕਹਿੰਦੇ ਨਹੀਂ ਕਹਿੰਦੇ ਬਹੁਤ ਫਿਰ ਸਖਤੀ ਵਰਤੀ ਕਹਿੰਦਾ ਸੱਤ ਘੜੀਆਂ ਨੇ ਜੇ ਤਾਂ ਗਊ ਜਿਉਂਦੀ ਹੋ ਗਈ ਨਹੀਂ ਤਾਂ ਤੇਰੀ ਗਰਦਨ ਲਹਿਦਾ ਕਰ ਦਿਆਂਗਾ ਸਰੀਰ ਨਾਲ ਨਾਮਦੇਵ ਦੀ ਮਾਤਾ ਕਹਿੰਦੀ ਨਾਮਦੇਵ ਰਾਮ ਕਹਿ ਲਓ ਜਾਂ ਅੱਲਾ ਕਹਿ ਲਓ ਹੈ ਤਾਂ ਇੱਕੋ ਦਾ ਹੀ ਨਾਮ ਹੈ ਪਾਣੀ ਕਹਿ ਲਓ ਜਲ ਕਹਿ ਦਿਓ ਹੈ ਤਾਂ ਇੱਕੋ ਹੀ ਹੈ
ਤੂੰ ਰਾਮ ਛੱਡ ਕੇ ਅੱਲਾ ਅੱਲਾ ਜਪਣ ਲੱਗ ਜਾ ਤੇਰੇ ਪ੍ਰਾਣ ਵੱਜਣ। ਭਗਤ ਨਾਮਦੇਵ ਜੀ ਇੰਨੀ ਦ੍ਰਿੜਤਾ ਰੱਖਦੇ ਆਪਣੇ ਧਰਮ ਚ। ਨਾਮਦੇਵ ਕਹਿੰਦਾ ਨਾ ਤੂੰ ਨਾ ਮੈਂ ਤੇਰਾ ਪੂੰਗਰਾ ਨਾ ਮੈਂ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੋਂ ਹਰ ਗੁਣ ਗਾਏ। ਕਹਿੰਦੇ ਸ਼ਰਧਾ ਦਾ ਪ੍ਰੇਮ ਦਾ ਤਾਂ ਹੁਣ ਪਤਾ ਲੱਗਣਾ ਜਦ ਦੁੱਖ ਆਇਆ। ਸੁੱਖ ਵਿੱਚ ਤਾਂ ਸਾਰੀ ਸ਼ਰਧਾ ਰੱਖੀ ਫਿਰਦੇ, ਦੁੱਖ ਵਿੱਚ ਵੀ ਸ਼ਰਧਾ ਹੋਵੇ ਭਰੋਸਾ ਹੋਵੇ। ਕਹਿੰਦਾ ਤੂੰ ਮੇਰੀ ਮਾਂ ਹੀ ਨਹੀਂ ਹੈ ਜਿਹੜੀ ਇਹੋ ਜਿਹੀ ਕੱਚੀ ਸਲਾਹ ਦਿੰਦੀ ਹੈ, ਘੱਟ ਕਿਸੇ ਨਾਲ ਨਹੀਂ ਗੁਜ਼ਾਰੀ ਹੈ ਸਾਸ ਨੇ। ਕਬੀਰ ਜੀ ਦਾ ਇੱਕ ਗੁਆਂਢੀ ਹੈ, ਭਗਤ ਕਬੀਰ ਜੀ ਨੂੰ ਦੇਖਦਾ ਰਹਿੰਦਾ ਹੈ ਕਿ ਭਗਤ ਕਬੀਰ ਜੀ ਦੇ ਘਰ ਸਾਧੂ ਮਹਾਤਮਾ ਆਉਂਦੇ ਰਹਿੰਦੇ ਤੇ ਭਗਤ ਕਬੀਰ ਜੀ ਬੜੀ ਸ਼ਰਧਾ ਨਾਲ ਉਹਨਾਂ ਦੀ ਸੇਵਾ ਕਰਦੇ। ਜਿਹੜਾ ਘਰ ਲੰਗਰ ਪੱਕਿਆ ਹੁੰਦਾ ਉਹ ਸਾਧੂਆਂ ਨੂੰ ਛਕਾ ਦਿੰਦੇ ਨੇ ਤੇ ਭਗਤ ਕਬੀਰ ਜੀ ਦੇ ਘਰ ਵਾਲੇ ਕਹਿੰਦੇ ਸਾਨੂੰ ਕਈ ਵਾਰੀ ਦਾਣੇ ਚੱਬ ਕੇ ਫਿਰ ਪੈਣਾ ਪੈਂਦਾ। ਲੋਈ ਸੀ ਨਾ ਇਹਨਾਂ ਦੇ ਘਰ ਵਾਲੀ ਮਾਤਾ ਲੋਈ, ਕਮਾਲਾ ਪੁੱਤਰ ਸੀ ਤੇ ਕਮਾਲੀ ਧੀ ਦੋ ਸੀ। ਲੋਈ ਕਹਿੰਦੇ ਫਿਰ ਸਾਨੂੰ ਕਈ ਵਾਰੀ ਦਾਣੇ ਚੱਬ ਕੇ ਪੈਣਾ ਪੈਂਦਾ। ਮੂੰਡ ਪਲੋਸ ਕਮਰ ਬਦ ਪੋਥੀ ਹਮਕੋ ਚਾਬਣ ਉਹਨੂੰ ਰੋਟੀ, ਪ੍ਰਸ਼ਾਦਾ ਉਹਨਾਂ ਨੂੰ ਛਕਾਉਂਦੇ ਤੇ ਸਾਨੂੰ ਫਿਰ ਦਾਣੇ ਚੱਬ ਕੇ ਪੈਣਾ। ਇੰਨੀ ਸ਼ਰਧਾ ਪ੍ਰੇਮ ਨਾਲ ਸੇਵਾ ਕਰ, ਸਾਰੀ ਸਾਰੀ ਰਾਤ ਬੈਠ ਕੇ ਭਜਨ ਪਾਠ ਕਥਾ ਕੀਰਤਨ ਗਿਆਨ ਗੋਸ਼ਟ ਸਾਰੀ ਸਾਰੀ ਰਾਤ ਬੈਠ ਕੇ ਕਰਦੇ ਰਹਿੰਦੇ। ਸਵੇਰੇ ਫਿਰ ਭਗਤ ਕਬੀਰ ਜੀ ਬਹੁਤ ਦੂਰ ਤੱਕ ਉਹਨਾਂ ਨੂੰ ਵਿਦਾ ਕਰਨ ਜਾਂਦੇ। ਉਹ ਗੁਆਂਢੀ ਸੀ ਭਗਤ ਕਬੀਰ ਜੀ ਦੇ, ਕਹਿੰਦਾ ਭਗਤ ਜੀ ਹਰ ਕੰਮ ਦਾ ਕੋਈ ਫਾਇਦਾ ਹੁੰਦਾ ਹੈ, ਤੁਹਾਨੂੰ ਇਸ ਕੰਮ ਚੋਂ ਕੋਈ ਮਿਲਦਾ ਹੈ? ਸਾਰੀ ਸਾਰੀ ਰਾਤ ਬੈਠ ਕੇ ਭਜਨ ਪਾਠ ਕਰਦੇ ਹੋ, ਫਿਰ ਉਹਨਾਂ ਦੀ ਸੇਵਾ ਫਿਰ ਦੂਰ ਤੱਕ ਵਿਦਾ ਕਰਨ ਜਾਂਦੇ ਹੋ, ਤੁਹਾਨੂੰ ਪ੍ਰਾਪਤੀ ਕੀ ਇਸ ਗੱਲ 'ਚ? ਭਗਤ ਕਬੀਰ ਜੀ ਕਹਿੰਦੇ ਭਰਿਆ ਤੂੰ ਸੰਗਤ ਨਹੀਂ ਕੀਤੀ, ਜੇ ਤੂੰ ਸੰਗਤ ਕਰਦਾ ਹੁੰਦਾ ਨਾ ਤੂੰ ਇਹ ਗੱਲ ਪੁੱਛ ਹੀ ਨਹੀਂ ਸੀ। ਜੋ ਸੰਗਤ ਕਰਕੇ ਮਿਲਦਾ ਹੋਰ ਕਿਤੇ ਮਿਲ ਨਹੀਂ ਸਕਦਾ। ਇੱਕ ਸੰਗਤ ਹੈ ਜਿਹੜੀ ਜੀਵ ਨੂੰ ਬ੍ਰਹਮ ਦੇ ਵਿੱਚ ਮਿਲਾ ਦਿੰਦੀ ਹੈ, ਜੀਵ ਬ੍ਰਹਮ ਦਾ ਰੂਪ ਬਣ ਜਾਂਦਾ ਸੰਗਤ ਕਰਕੇ। ਉਹ ਕਹਿੰਦਾ ਇਹ ਕਿਵੇਂ ਹੁੰਦਾ ਕਿ ਜੀਵ ਬ੍ਰਹਮ ਬਣ ਜਾਂਦਾ ਸੰਗਤ ਕਰ? ਭਗਤ ਕਬੀਰ ਜੀ ਕਹਿੰਦੇ ਹਰ ਚੀਜ਼ ਦੇ ਉੱਤੇ ਸੰਗਤ ਦਾ ਪ੍ਰਭਾਵ ਪੈ ਜਾਂਦਾ, ਜਿਹੋ ਜਿਹੀ ਕਰੋਗੇ ਉਹੋ ਜਿਹਾ ਪ੍ਰਭਾਵ ਪੈ ਜਾਏਗਾ। ਜੇ ਚੋਰਾਂ ਦੇ ਕੋਲ ਬਹਿਣ ਲੱਗ ਜਾਓਗੇ ਤਾਂ ਚੋਰੀ ਵਾਲੇ ਗੁਣ ਜ਼ਿੰਦਗੀ 'ਚ ਆ ਜਾਣਾ, ਕਿਸੇ ਸ਼ਰਾਬ ਵਾਲੇ ਕੋਲ ਬਹਿਣ ਲੱਗ ਜਾਓਗੇ ਤਾਂ ਸਮਝੋ ਫਿਰ ਪਿਆਲਾ ਪੀਣ ਲੱਗ ਜਾਓਗੇ। ਜੰਮਦਾ ਨਹੀਂ ਕੋਈ ਇਹਦੇ 'ਚ ਦੋਸ਼ ਹੁੰਦਾ, ਜਦੋਂ ਬਹਿਣ ਲੱਗ ਜਾਏਗਾ ਉਹਨਾਂ ਦੇ ਕੋਲ ਗੁਣ ਤੇਰੇ 'ਚ ਵੀ ਆ ਜਾਣੇ, ਬਰਿਆਈ ਛੇਤੀ ਆ ਜਾਏਗੀ ਜ਼ਿੰਦਗੀ 'ਚ, ਚੰਗੇ ਗੁਣ ਛੇਤੀ ਨਹੀਂ ਆਉਂਦੇ ਅਜੇ। ਕਾਲਖ ਵਾਲਾ ਭਾਂਡਾ ਰਸਤੇ 'ਚ ਪੈਰ 'ਤੇ ਚਿੱਟੇ ਵਸਤਰ ਪੈ ਜੇ ਕੋਲੋਂ ਲੰਘੋਗੇ ਕਾਲਖ ਲੱਗ ਜਾਏਗੀ, ਬਰਿਆਈ ਐਡੀ ਛੇਤੀ ਆ ਜਾਂਦੀ ਜ਼ਿੰਦਗੀ। ਪਰ ਚੰਗੇ ਬਣਨ ਵਾਸਤੇ ਬੜਾ ਯਤਨ ਕਰਨਾ ਪੈਂਦਾ, ਬੁਰੇ ਬਣਨ ਵਾਸਤੇ ਯਤਨ ਨਹੀਂ ਕਰਨਾ ਪੈਂਦਾ। ਨੀਵੇਂ ਪਾਸੇ ਨੂੰ ਪਾਣੀ ਤਾਂ ਟੁੱਟ ਕੇ ਆਪ ਹੀ ਤੁਰ ਜਾਂਦਾ ਹੈ, ਉੱਚੇ ਪਾਸੇ ਬੰਨ ਕੇ ਲਿਜਾਣਾ ਪੈਂਦਾ। ਚੰਗਾ ਜੀਵਨ ਬਣਾਉਣ ਵਾਸਤੇ ਤਾਂ ਬੜਾ ਟਾਈਮ ਲੱਗ ਜਾਂਦਾ ਹੈ, ਪਰ ਬੁਰੇ ਬਣਨ ਲੱਗਿਆ ਤਾਂ ਟਾਈਮ ਨਹੀਂ ਲੱਗਦਾ। ਸੱਚ ਗੜੰਦਿਆਂ ਛੇ ਮਾਂ ਤੜੰਦਿਆਂ ਇੱਕ ਖਿਨੋ ਇੱਕ ਛਿੰਤੀ, ਜੀਵਨ ਸਾਹ ਸਿੱਧੀ ਗਿਰ ਜਾਂਦਾ, ਬੁਰਾ ਬਣ ਜਾਂਦਾ, ਬੁਰਿਆਈ ਆ ਜਾਂਦੀ ਹੈ। ਉਹ ਕਹਿੰਦਾ ਮਹਾਰਾਜ ਕਿਵੇਂ ਸੰਗਤ ਅਸਰ ਹੁੰਦਾ, ਕਿਵੇਂ ਸੰਗਤ ਬਦਲ ਦਿੰਦੀ ਹੈ? ਭਗਤ ਕਬੀਰ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਬਾਣੀ ਦੇ ਵਿੱਚ। ਭਗਤ ਕਬੀਰ ਜੀ ਕਹਿੰਦੇ ਗੰਗਾ ਕੇ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਵਰੀ। ਜਿੰਨੀਆਂ ਨਦੀਆਂ ਗੰਗਾ ਦੇ ਵਿੱਚ ਪੈਂਦੀਆਂ ਨੇ ਉਹ ਸਾਰੀ ਗੰਗਾ ਦੀ ਸੰਗਤ ਕਰਕੇ ਗੰਗਾ ਦਾ ਰੂਪ ਵੀ ਬਣ ਜਾਂਦੀ। ਜਿੱਥੋਂ ਚੱਲਦੀ ਹੈ ਨਾ ਗੰਗਾ ਮਾਨ ਸਰੋਵਰ ਤੋਂ, ਜਿੰਨੇ ਨਦੀਆਂ ਨਾਲੇ ਨੇ ਸਾਰੇ ਗੰਗਾ 'ਚ ਪੈਂਦੇ ਨੇ। ਗਲੀਆਂ ਨਾਲਿਆਂ ਟੋਭਿਆਂ ਕਾ
جل جائے ہوئے وچ سرسری سرسری ملت پویتر پاون ہوئے جاوے سب ندیاں نالے گنگا دے وچ پے کے گنگا دا روپ ہی بن جاندے سنگت کر کے پر کبھی جی کہندے ہوندا نا اس طرح کہندے ہاں یہ تاں دیکھیا بھگت جی کوئی نہیں کہندا ہر کی پوڑیاں توں بھی جنے شہراں دا سیوریج وچ ہی پیا ندیاں نالے تے آپاں اتھوں بوتلاں بھر کے لے جاندے پر وہ گنگا دا روپ ہو چکے احساس گنگا نو میلا نہیں کر سکتا کیونکہ گنگا سب ندیاں نو پوتر کر دیں تے دوجا پرمان بھگت کبیر جی کہندے نے بگڑیو کبیرا رام دوہائی ساتھ پیو ان کتے نہ جائی دنیا دے لوکوں میں دوائی پا کے کہنا کہ جتنا دی مینو سنگت ملی رامانند دی اتنا میرا جیون ہی بدل گیا نام تھا پہلا بھی دبدے سی سنسکار سی نا اندر پر نگرے سی گرو نہیں سی تاریا اپنی مرضی نال ہی کئی مائی پائی دیکھے گرو گھر بھی رو جاندے نے بھجن پاٹھ بھی کرتے ہیں سیوا سنگت بھی کری جاندے نے دان پن پر گرو نہیں تاریا انہاں نال مرضی نہ کرتے ہیں چلو چنگے نے نہ کرنے والے نال ہوں اور گرو والے بن کے کرن گے پھر سونے تے سوکا ہوئے پھر انہوں راما نام دی سنگت ملی کبیر جی نو پھر بندگی کر کے کبیر جی دی وستا راما نام دی جی تو کے چلی گئی راما نام دا شنکا بھگت کبیر جی نے کڈیا سی ساتھ سنگ سیو کر کے چلے گا گرو تو بھگت کبیر جی کہتے جب تھی مینوں سنگت ملی ہے نا راما نام جی دی میرا بھی جیون بدل گیا اتنا بگڑیو کبیرا رام دوہائی ساتھ پیو ان کتے نہ جائی پاس کے سنگ تانبا بگڑیو سو تانبا کنچن ہوئے نبڑیو تانبے نو سنگت ملی پاس دی پاس نہ لگیا تانبا سونا بن گیا سنگت ملی پاس دی تانبے تو سونے چ بدل جاؤں پاس وچ گن ہے پتھر ہوندا ہے ویسے پاس پتھر دی قسم ہے پر لوہے نو لا دیے تانبے نو لا دیے پتل نو لا دیے اسپات نو لا دیے چاندی نو انہاں دھاتاں نو جدوں لاؤں گے نا اسی ویلے او سونا بن جائے پر ایک تاں لوہا میلا نہ ہوئے جنگالا نہ ہوئے مٹی نہ ہوئے نو لگی ہوئی صاف ہوئے تے پاس دے نال لگ جائے پاس دے کول اینی دور پیار ہے جنا بال دے سوے حصے جنا کدی سونا نہیں بنے گا جی تیرا من کر کے گرو تو اینی کو دور بھی رہ گیا نا من مرضی کرتا رہا تے بارہ منی نہ نہیں بنے گا سنگت کہندے نے جڑ جانا جڑنا کٹھ دا نام سنگت نہیں ہے بڑے کٹھ ہوندے نے کدی نہیں کہندے اوتھے بڑی سنگت سی ਉੱਥੇ ਲੋਕਾਂ ਦਾ ਬੜਾ ਕੱਟ ਸੀ ਪਰ ਇੱਥੇ ਸੰਗਤ ਹੈ ਜਿੱਥੇ ਗੁਰੂ ਨਾਲ ਜੁੜ ਕੇ ਬੈਠਿਆ ਜਿੱਥੇ ਬਾਣੀ ਨਾਲ ਨਾਮ ਨਾਲ ਜੁੜਿਆ ਜਾਏ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਇੱਕ ਨਾਮ ਬਾਣੀ ਸੇਵਾ ਸਿਮਰ ਨਾਲ ਹੀ ਜੁੜਿਆ ਉਹਨੂੰ ਸੰਗਤ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਤਾਂਬਾ ਸੋਨਾ ਬਣ ਜਾਂਦਾ ਸੰਗਤ ਕਰਕੇ ਪਾਸ ਦੀ ਕਹਿੰਦੇ ਜੀ ਹਾਂ ਪਾਸ ਕੇ ਸੰਗ ਤਾਂਬਾ ਵਿਗੜਿਓ ਸੋ ਤਾਂਬਾ ਕੰਚਨ ਹੋਏ ਨੇ ਤੇ ਉਹ ਕਹਿੰਦਾ ਮਹਾਰਾਜ ਹੋਰ ਕਿਹਦਾ ਕਿਹਦਾ ਜੀਵਨ ਬਦਲ ਜਾਂਦਾ ਸੰਗਤ ਕਰਕੇ ਭਗਤ ਕਬੀਰ ਜੀ ਕਹਿੰਦੇ ਚੰਦਨ ਕੇ ਸੰਗ ਤਰਵਰ ਵਿਗੜਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਚੰਦਨ ਦੀ ਸੰਗਤ ਮਿਲੀ ਕਿਸੇ ਬਨਸਪਤੀ ਦੇ ਬੂਟੇ ਨੂੰ ਇੱਕ ਬਾਂਸ ਨੂੰ ਛੱਡ ਕੇ ਗੱਲਾਂ ਬਾਂਸ ਤੇ ਚੰਦਨ ਨਹੀਂ ਚੰਦਨ ਦਾ ਅਸਰ ਨਹੀਂ ਹੁੰਦਾ ਹੈ ਜਦੋਂ ਦੇ ਦੀਵਾਨ ਲੱਗਿਆ ਨਾ 30-35 ਸਾਲ ਹੋ ਚੱਲੇ ਕਈਆਂ ਤੇ ਅਸਰ ਹੋਇਆ ਹੀ ਨਹੀਂ ਸੁਣਦੇ ਵੀ ਨਹੀਂ ਸੇਵਾ ਵੀ ਕਰਦੇ ਉਵੇਂ ਦੇ ਬਕ ਮੀਟਰ ਜੇ ਵਿੜੀ ਜਾਂਦੇ ਨੇ
ਉਹਨਾਂ ਦਾ ਜੇ ਮਨ ਬਣਿਆ ਹੀ ਨਹੀਂ ਹੈ। ਬਾਕੀ ਦੇਖਿਆ ਹਰ ਇੱਕ ਸਾਲ ਉਮਰ ਸੰਚਾਰ ਹੁੰਦਾ, ਉਂਝ ਵੀ ਇਲਾਕੇ 'ਚ ਜਿਵੇਂ ਹੁਣੇ ਸਮਾਗਮ ਲੰਘਿਆ ਡਾਚਰ, ਉੱਥੇ ਬਹੁਤ ਸੰਗਤ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਸੰਚਾਰ ਹੁੰਦਾ ਰਹਿੰਦਾ। ਪਰ ਉਹਨਾਂ ਦਾ ਜੇ ਮਨ ਬਣਿਆ ਨਹੀਂ, ਕਿਉਂਕਿ ਮਨ ਦੇ ਮਗਰ ਫਿਰੀ ਜਾਂਦੇ ਨੇ, ਉਹ ਬਣ ਹੀ ਨਹੀਂ ਸਕਦਾ ਕਦੇ। ਇਹ ਤਾਂ ਮਨ ਨੂੰ ਮਗਰ ਲਾਉਂਗੇ ਫਿਰ ਬਣੇਗਾ। ਬਾਂਸ ਦੇ ਉੱਤੇ ਚੰਦਨ ਦਾ ਅਸਰ ਨਹੀਂ ਹੁੰਦਾ, ਬਾਕੀ ਸਾਰੀ ਬਨਸਪਤੀ ਚੰਦਨ ਵਰਗੀ ਬਣ ਜਾਂਦੀ। ਭਗਤ ਕਬੀਰ ਜੀ ਕਹਿੰਦੇ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮਾ ਹੋਏ ਵਿਗਰਿਓ। ਰਾਮ ਕਬੀਰਾ ਏਕ ਭਏ, ਹੋਏ ਨਾ ਸਕੈ ਪਛਾਣ। ਕਹਿੰਦੇ ਜਿੱਦਾਂ ਦੀ ਸੰਗਤ ਮਿਲੀ ਹੈ, ਮੈਂ ਪਰਮਾਤਮਾ ਵਿੱਚ ਭੇਦ ਇਸ ਤਰ੍ਹਾਂ ਹੋ ਗਿਆ ਜਿਵੇਂ ਪਾਣੀ ਦੀ ਬਾਲਟੀ ਪਾਣੀ ਦੇ ਵਿੱਚ ਡੋਲਦੀ ਹੈ, ਪਾਣੀ ਦਾ ਰੂਪ ਬਣ ਜਾਂਦੀ। ਹਰ ਹਰ ਜੰਦ ਏਕ ਹੈ, ਫਿਰ ਵੀ ਵਿਚਾਰ ਕਛ ਨਾ ਹੈ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਕੈ ਸਮਾਨ। ਇੱਕੋ ਹੀ ਰੂਪ ਹੋ। ਇਸ ਕਰਕੇ ਭਾਈ ਸੰਗਤ ਦਾ ਸਾਡੇ ਜੀਵਨ ਵਿੱਚ ਬੜਾ ਵੱਡਾ ਰੋਲ ਹੈ। ਸੰਗਤ ਗੁਰੂ ਦੀ ਕਰਨੀ ਹੈ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਮਨਮੁੱਖਾਂ ਦੀ ਸੰਗਤ ਤੋਂ ਬਚ ਕੇ ਰਹਿਣਾ। ਉਸ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਮਨਮੁੱਖਾਂ ਦੀ ਸੰਗਤ। ਅਗਲੇ ਦੀਵਾਨਾਂ ਵਿੱਚ ਆਪਾਂ ਇਹੀ ਵਿਚਾਰ ਕਰਾਂਗੇ। ਅੱਜ ਦੂਜਾ ਦੀਵਾਨ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਏਗਾ, ਬਾਕੀ ਤਿੰਨ ਦੀਵਾਨ ਰਹਿ ਜਾਣਗੇ ਸੰਗਤ ਦੇ। ਇਸ ਤਰ੍ਹਾਂ ਆਪੇ ਲਾਏ ਜਾ ਰਹੇ ਹਾਂ ਹੁਣ ਸਾਰੇ ਗੁਰੂ ਸਪੁੱਤਰ ਵਿੱਚ ਬੋਲੋ ਜੀ ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਸੱਚੇ ਪਾਤਸ਼ਾਹ ਨੂੰ ਸਤਿਕਾਰ ਸਹਿਤ ਵਧਾਈ ਦੇ ਕੇ ਫਿਰ ਲੰਗਰ ਛਕ ਕੇ ਜਾਣਾ। ਧੰਨਵਾਦ ਮਹਾਂਪੁਰਸ਼ਾਂ ਦਾ, ਗੁਰੂ ਕੀ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਹੁਣ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ, ਧੰਨ ਹੈ, ਧੰਨ ਹੈ।